हाँ जी दोस्तों, हर रोज़ की तरह पहुँच गए आपां अबोहर दी किन्नू मंडी दे विच। ते किन्नू दे अज की भा रहे आ सारी गलबात करांगे। किसान आगू आ जिहड़े ओह भी मंडी दे विच पहुँचे आ, उन्हां नाल भी गलबात करांगे। ते वीडियो नू जिहड़े वीर जुड़दे जाण ओह शेयर जरूर करदे जायो, तां जो जिहड़ी वध तों वध लोकां तक है अपनी वीडियो है, अपनी जिहड़ी जानकारी है ओह पहुँच सके। वीडियो नू शेयर जरूर कर दिओ। बोली चल रही है इधर, की रेट है? 9.5 देख गया, 9.5 बोली चल रही है भाई। अब और किन्नू मंडी लाइव तुसी देख रहे हो, जेड़े वीर जुड़ते जान शेयर जरूर करते जायो। सुखदेव बोली करा रहा है इधर, शेयर वाला बटन दबते जाओ भाई, जेड़े जेड़े वीर जुड़ते जान। साढ़े 9 रुपये जी बोली है लगी है। पौने दस रुपये है जेड़ा, पौने 10 रुपये बोली है जिहड़ी इहदी पहुंच चुकी है। पर उधर गल जिहड़ी बन नहीं रही, पौने 10 रुपये जिहड़ी बोली है इहदी समाप्त होई है। आप और किन्नू मंडी तो लाइव तुहानू दिखा रहे हैं की भा रहे है। सुखदेव की रेट भी क्या वैस की रेट रहे इधर 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 एक मिनट आज रेट सुखदेव बाकी कोई उच्चा रेट भी होया तां ओह भी तुहानू शेयर करांगे। तां जिहड़े जिहड़े वीर जुड़दे जाण वीडियो शेयर करन वाला बटन नप्पी आओ भाई, वध तों वध शेयर जरूर करो ਤਾਂ ਜੋ ਵੱਧ ਤੋਂ ਵੱਧ ਕਿਸਾਨਾਂ ਤੱਕ ਆਪਣੀ ਜਾਣਕਾਰੀ ਹੈ। ਅੱਜ ਕੀ ਰੇਟ ਰਿਹਾ? ਮੈਂ ਤਾਂ 12.5 ਵੇਚਿਆ ਵਿੱਚ। ਰੰਗੀਨ ਡਾਊਨ ਕਿਵੇਂ ਕੰਮ ਅੱਜ? ਮੌਸਮ ਹੈ ਜਿਹੜਾ, ਬਾਕੀ ਜਿਹੜੇ ਥਾਵਾਂ 'ਤੇ ਮੀਂਹ ਪੈ ਰਿਹਾ ਉੱਤਰੀ ਭਾਰਤ ਦੇ ਵਿੱਚ, ਉਹਦੇ ਕਰਕੇ ਰੇਟ 'ਤੇ ਜਿਹੜੀ ਮਾਰ ਹੈ ਉਹ ਪੈ ਰਹੀ ਹੈ। ਤਾਂ ਹੋਰ ਕਿੰਨੂ ਮੰਡੀ ਤੋਂ ਲਾਈਵ ਤੁਸੀਂ ਜੁੜੇ ਹੋਏ ਹੋ, ਵੱਧ ਤੋਂ ਵੱਧ ਵੀਰੋ ਸ਼ੇਅਰ ਕਰੋ ਤਾਂ ਜੋ ਜ਼ਿਆਦਾ ਤੋਂ ਜ਼ਿਆਦਾ ਕਿਸਾਨਾਂ ਤੱਕ ਜਿਹੜੀ ਜਾਣਕਾਰੀ ਹੈ ਉਹ ਪਹੁੰਚ ਸਕੇ। ਭਾਅ ਜਿਹੜੇ ਉਹ ਮੰਦੇ ਚੱਲ ਰਹੇ ਆ, ਮੰਦੇ ਰਹਿਣ ਦਾ ਕਾਰਨ ਇਹ ਹੈ ਕਿ ਜਿਹੜਾ ਉੱਤਰੀ ਭਾਰਤ ਦੇ ਵਿੱਚ ਕਈ ਥਾਵਾਂ 'ਤੇ ਜਿਹੜਾ ਭਾਰੀ ਮੀਂਹ ਹੈ, ਮੌਸਮ ਇੱਕਦਮ ਜ਼ਿਆਦਾ ਠੰਡਾ ਹੋ ਗਿਆ, ਉਸ ਕਰਕੇ ਕਿਤੇ ਜਿਹੜਾ ਰੇਟ ਹੈ ਉਹਦੇ 'ਤੇ ਅਸਰ ਪੈ ਰਿਹਾ। ਤਾਂ ਲਾਈਵ ਤੁਸੀਂ ਜੁੜੇ ਹੋਏ ਹੋ ਅਬੋਹਰ ਕਿੰਨੂ ਮੰਡੀ ਤੋਂ, ਤੁਹਾਨੂੰ ਵਿਖਾ ਰਹੇ ਹਾਂ ਆਪਾਂ। ਜਿਹੜੇ ਜਿਹੜੇ ਵੀਰ ਜੁੜਦੇ ਆ ਸ਼ੇਅਰ ਜ਼ਰੂਰ ਕਰਦੇ ਜਾਓ, ਤਾਂ ਜੋ ਆਪਾਂ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਤੱਕ ਜਿਹੜੀ ਜਾਣਕਾਰੀ ਹੈ ਆਪਣੀ ਉਹ ਪਹੁੰਚ ਸਕੇ। ਅਬੋਹਰ ਕਿੰਨੂ ਮੰਡੀ ਤੋਂ ਲਾਈਵ ਜੁੜੇ ਹੋਏ ਹੋ ਤੁਸੀਂ, ਤੁਹਾਨੂੰ ਵਿਖਾ ਰਹੇ ਹਾਂ ਕਿ ਮੰਡੀ ਦੇ ਵਿੱਚ ਕਿੰਨਾ ਮਾਲ ਆ ਜਿਹੜਾ ਉਹ ਪਹੁੰਚਿਆ ਹੋਇਆ, ਅਤੇ ਬੋਲੀ ਹੈ ਜਿਹੜੀ ਉਹ ਚੱਲ ਰਹੀ ਹੈ। ਅਤੇ ਅੱਜ ਦੇ ਭਾਅ ਜਿਹੜੇ ਉਹੀ 6 ਰੁਪਏ 7 ਰੁਪਏ ਤੋਂ ਲੈ ਕੇ 13-14 ਰੁਪਏ ਤੱਕ, 13 ਰੁਪਏ ਤੱਕ ਕਹਿੰਦੇ ਵੇਚਿਆ ਕਿੰਨੂ ਵਿਕਿਆ, ਜਿਹੜਾ ਕੀ ਰੇਟ ਵਿਕਿਆ? ਵਿਕਿਆ ਹੀ ਨਹੀਂ ਆਹ ਵਾਲਾ ਜਿਹੜਾ ਮਾਲ ਹੈ ਇਹ ਨਹੀਂ ਵਿਕਿਆ, ਇਧਰਲਾ ਵਿਕਿਆ ਕਿਆ ਵੀ ਨਹੀਂ ਵਿਕਿਆ। ਮੰਦਾ ਜਿਹੜਾ ਅੱਜ ਮੰਡੀ ਦੇ ਵਿੱਚ ਮੰਦਾ ਚੱਲ ਰਿਹਾ, ਮੰਦਾ ਚੱਲਣ ਦਾ ਕਾਰਨ ਮੀਂਹ ਹੈ, ਜਿਹੜੇ ਕਈ ਥਾਵਾਂ 'ਤੇ ਭਾਰੀ ਮੀਂਹ ਪਏ ਆ, ਉਹ ਮੀਂਹ ਪੈਣ ਕਾਰਨ ਮਾਲ ਆ ਜਿਹੜਾ ਉਹ ਘੱਟ ਖਰੀਦਿਆ ਜਾ ਰਿਹਾ। ਤਾਂ ਤੁਹਾਨੂੰ ਵਿਖਾ ਰਹੇ ਹਾਂ ਅਸੀਂ ਅਬੋਹਰ ਕਿੰਨੂ ਮੰਡੀ ਤੋਂ ਲਾਈਵ,
ਜਿਹੜੇ ਵੀ ਅੱਜ ਦੇ ਭਾਅ ਤੁਹਾਡੇ ਨਾਲ ਸਾਂਝੇ ਕਰ ਰਹੇ ਹਾਂ। ਇੱਧਰ ਪੈਕਿੰਗ ਹੋ ਚੁੱਕੀ ਹੈ ਮੰਡੀ ਦੇ ਵਿੱਚ, ਤੁਸੀਂ ਦੇਖ ਸਕਦੇ ਹੋ ਪੈਕਿੰਗ ਹੋ ਕੇ। ਕੀ ਰੇਟ ਵਿਕਿਆ ਆ? ਕੀ ਰੇਟ ਵਿਕਿਆ ਵੀਰੇ? ਕੀ ਰੇਟ ਵਿਕਿਆ ਹੋਇਆ ਪੈਕਿੰਗ ਵਾਲਾ? ਪੈਕਿੰਗ ਵਾਲਾ ਕੀ ਰੇਟ ਵਿਕਿਆ? 13 ਰੁਪਏ। 13 ਰੁਪਏ ਕਿਲੋ ਆ ਜਿਹੜਾ, ਆਹ ਤੁਹਾਨੂੰ ਮਾੜਾ ਵਿੱਚ ਦਿਖਾ ਦਈਏ। 13 ਰੁਪਏ ਵਿਕਿਆ ਵੀਰੋ ਆਹ ਅੱਜ। 13 ਰੁਪਏ ਪ੍ਰਵੇਸ਼ ਜੀ, ਇੱਕ ਨੰਬਰ ਜਿਹੜਾ ਵਧੀਆ ਉਹ 13-14 ਰੁਪਏ ਕਹਿ ਸਕਦੇ ਆਪਾਂ। 13-14 ਰੁਪਏ ਵਿਕਿਆ ਮੰਡੀ ਦੇ ਵਿੱਚ। ਅਬੋਹਰ ਕਿੰਨੂ ਮੰਡੀ ਤੋਂ ਲਾਈਵ ਤੁਹਾਨੂੰ ਦਿਖਾ ਰਹੇ ਹਾਂ ਅੱਜ ਦੇ ਜਿਹੜੇ ਭਾਅ ਹੈ ਮੰਡੀ ਦੇ ਵਿੱਚ ਉਹ ਕੀ ਰਹੇ ਹੈ। ਤਾਂ ਮੰਡੀ ਹੈ ਜਿਹੜੀ ਉਹ ਚੱਲ ਰਹੀ ਅੱਜ। ਜਿਹੜੇ ਜਿਹੜੇ ਵੀਰ ਜੁੜਦੇ ਜਾਣ, ਕੀ ਰੇਟ ਵਿਕਿਆ? ਕਿਆ ਰੇਟ ਵਿਕਿਆ ਭਾਈ? ਨਰੇਸ਼ ਕੁਮਾਰ ਧੰਨਵਾਦ। ਕੀ ਰੇਟ ਵਿਕਿਆ? 6.5 ਹਾਂ 6.5 ਰੁਪਏ ਵਿਕਿਆ ਭਾਈ। ਮੰਦਾ ਫਿਰ ਅੱਜ ਦਾ ਹੈ? ਮੰਦੇ ਭਾਅ ਜਿਹੜੇ ਮੰਡੀ ਦੇ ਵਿੱਚ ਉਹ ਅੱਜ ਰਹੇ ਹੈ। ਕੀ ਰੇਟ ਵਿਕਿਆ? 6 ਰੁਪਏ। 6 ਰੁਪਏ ਕਿੰਨੂ ਹੈ ਜਿਹੜਾ ਮੰਡੀ ਦੇ ਵਿੱਚ? ਉਹ ਬੜੇ ਮੰਦੇ ਹਾਲਾਤ ਹੈ ਜਿਹੜੇ ਉਹ ਕਿਸਾਨਾਂ ਦੇ ਚੱਲ ਰਹੇ ਹੈ, ਤੁਹਾਨੂੰ ਲਾਈਵ ਦਿਖਾ ਰਹੇ ਹਾਂ। ਅਬੋਹਰ ਕਿੰਨੂ ਮੰਡੀ ਤੋਂ ਲਾਈਵ ਵੀਡੀਓ ਨੂੰ ਗੁਰਮੁਖ ਸਿੰਘ ਜੀ ਧੰਨਵਾਦ ਬਾਈ ਜੀ। ਗੁੱਡ ਨਾਈਟ ਭਰਾਵਾ, ਟਾਈਮ ਨਾਲ ਹੀ ਗੁੱਡ ਨਾਈਟ ਵੀ। ਅਬੋਹਰ ਕਿੰਨੂ ਮੰਡੀ ਦੇ ਵਿੱਚ ਮੰਦਾ ਚੱਲ ਰਿਹਾ ਅੱਜ ਦੇ ਭਾਅ ਜਿਹੜੇ ਉਹ ਤੁਹਾਡੇ ਨਾਲ ਜਾਣਕਾਰੀ ਲਵਾਂਗੇ। ਆੜ੍ਹਤੀ ਐਸੋਸੀਏਸ਼ਨ ਦੇ ਅਹੁਦੇਦਾਰ ਹੈ। ਹਾਂਜੀ ਮਹਾਰਾਜ। ਇੰਦਰ ਜੀ ਕੀ ਅੱਜ ਦੇ ਰੇਟ ਕੀ ਹੈ? ਕਾ ਮਾਲ ਬੜਾ ਵਧੀਆ ਪਿਆ ਹੈਗਾ, ਕੀ ਰੇਟ ਵਿਕਿਆ? ਇਹ 13 ਰੁਪਏ ਵਿਕਿਆ ਜੀ। 13 ਰੁਪਏ? ਹਾਂਜੀ। ਮੰਦਾ 15 ਰੁਪਏ ਵਿਕਿਆ ਜੀ। ਉੱਪਰ ਜਮਾਲ ਅਸੀਂ ਤਾਂ 15 ਵੇਚਿਆ ਜੀ, ਬਾਕੀ ਹੋਰ ਪਤਾ ਨਹੀਂ ਕਿਵੇਂ। ਬਾਕੀ ਓਵਰਆਲ ਮਾਰਕੀਟ ਬਰਸਾਤਾਂ ਕਰਕੇ, ਮੌਸਮ ਖਰਾਬ ਕਰਕੇ ਨਾ ਥੋੜ੍ਹਾ ਜਿਹਾ ਡਾਊਨ ਹੈ। ਸਾਰੀ ਮੰਡੀਆਂ ਡਾਊਨ ਹੈ, ਪੰਜਾਬ ਦੀ, ਹਰਿਆਣੇ ਦੀ, ਯੂਪੀ ਦੀ, ਸਾਰੀ ਮੰਡੀਆਂ 'ਚ ਉਸ ਕਰਕੇ ਥੋੜ੍ਹਾ ਸਲੋ ਡਾਊਨ ਹੈ ਮੰਡੀ ਦੇ ਵਿੱਚ। ਅਸੀਂ ਜਿਹੜੇ ਹਰੇ ਮਾਲ ਹੈ ਖਾਸ ਕਰਕੇ ਦਿੱਲੀ ਵੀ ਡਾਊਨ ਹੈ, ਉਸ ਕਰਕੇ ਰੁਕਾਏ। ਅਸੀਂ ਕਈ ਜ਼ਮੀਂਦਾਰਾਂ ਦਾ ਰੋਕਿਆ ਵੀ ਮਾਲ, ਹਰਾ ਮਾਲ ਨਾ ਤੋੜੋ, ਇੱਕ ਵਾਰੀ 1-2 ਦਿਨ ਦਾ ਗੈਪ ਪਾ ਦਿਓ, ਇਹਨਾਂ ਨੂੰ ਬਾਜ਼ਾਰ ਥੋੜ੍ਹਾ ਖੁੱਲ੍ਹ ਜਾਏਗਾ ਦੁਬਾਰਾ। ਅਤੇ ਓਵਰਆਲ ਮਾਰਕੀਟ 10 ਤੋਂ ਲੈ ਕੇ 15-16 ਰੁਪਏ ਤੱਕ ਦੇ ਵਿਚਾਰੇ ਰੰਗੀਨ ਮਾਲ ਵਿਕੇ ਹੈ। ਰੰਗੀਨ ਮਾਲ ਹੈ, ਰੰਗੀਨ ਮਾਲ ਜਿਹੜੇ 2-3 ਰੁਪਏ ਡਾਊਨ ਹੈ, ਜਿਹੜੇ 18 ਰੁਪਏ ਜਾਂ 17 ਰੁਪਏ ਵਿਕ ਰਹੇ ਸੀ ਉਹ ਮਾਲ ਜਿਹੜੇ 14-15-16 ਦੇ ਆ ਗਏ ਹੈ, ਉਹ 2-3 ਰੁਪਏ ਉਹਨਾਂ ਦਾ ਡਾਊਨ ਹੈ। ਹਰਾ ਮਾਲ ਉਹ ਵੀ ਹਲੇ ਵੀ ਆ ਰਿਹਾ? ਹਾਂ ਹਰੇ ਮਾਲ ਆ ਰਿਹਾ ਜੀ, ਹਰੇ ਮਾਲ ਵਿਕ ਰਿਹਾ, ਹਰਾ ਪਿਆ ਜੀ। ਇਹ ਹਰੇ ਮਾਲ ਪਏ ਸਾਹਮਣੇ ਪਏ ਜਿਹੜੇ, ਇਹ ਰੰਗੀਨ ਜੀ ਕਈ ਬਾਗਾਂ ਦੇ ਦਿੱਕਤ ਵੀ ਹੈ ਜੀ, ਅਤੇ ਦੂਜੀ ਗੱਲ ਇਹਨਾਂ ਨੂੰ ਥੋੜ੍ਹਾ ਟਾਈਮ ਲੈਣਗੇ ਜੀ ਇਹ ਬਾਗ। ਅੱਛਾ। ਇਹ ਡਰੋਪਿੰਗ ਹੋ ਰਹੀ ਹੈ ਜਾਂ ਹੋਰ ਹੈ, ਜ਼ਮੀਨਦਾਰ ਕਹਿੰਦਾ ਵੀ ਚਲੋ ਤੋੜ ਦਈਏ ਇਹਨਾਂ ਨੂੰ, ਤਾਂ ਕਰਕੇ ਲੈ ਕੇ ਆ ਰਿਹਾ। ਅੱਛਾ। ਇਹ ਦਿੱਲੀ ਵਗੈਰਾ ਡਾਊਨ ਹੈ, ਉਸ ਕਰਕੇ ਇਹ ਇੱਕ ਵਾਰੀ 2-3 ਦਿਨ ਰੋਕਿਆ ਮਾਲ ਨੂੰ, ਅਤੇ ਜਦੋਂ ਬਾਜ਼ਾਰ ਥੋੜ੍ਹਾ ਖੁੱਲ੍ਹ ਜਾਏਗਾ ਦੁਬਾਰਾ ਅਸੀਂ ਤੋੜ ਚਾਲੂ ਕਰਵਾ ਦਾਂਗੇ, ਨਾਲੇ ਇਹਨਾਂ ਨੂੰ 2-4 ਦਿਨ ਹਫ਼ਤੇ ਦੇ ਵਿੱਚ ਵੀ ਰੰਗ ਹੋਰ ਆ ਜਾਏਗਾ ਤਾਂ ਮਾਲਾ ਫਿਰ। ਹਾਂ ਅੱਗੇ ਨਾਲੋਂ ਅਰਾਈਵਲ ਘੱਟ ਹੈਗੀ ਅੱਜ। ਕਾਰਨ ਜੀ ਮੌਸਮ ਦੀ ਹੈ ਜੀ, ਅੱਗੇ ਮੌਸਮ ਦੇ ਮੰਡੀਆਂ ਡਾਊਨ ਹੈਗੀਆਂ ਤਾਂ ਆਪਾਂ ਮਾਲ ਰੋਕਣ 'ਚ ਫਾਇਦਾ ਜੀ, ਜ਼ਰੂਰੀ ਹੁਣ ਮੰਦਾ ਵੇਚ ਕੇ ਉਹਨੂੰ ਆਪਾਂ 2 ਰੁਪਏ ਨੁਕਸਾਨ ਕਰਾਉਣਾ ਜ਼ਮੀਨਦਾਰ ਦਾ। ਅਸੀਂ ਵੀ ਜਿਹੜੇ ਜ਼ਮੀਨਦਾਰ ਸਾਡੇ ਟੱਚ ਉਹਨਾਂ ਨੂੰ ਕਿਹਾ ਵੀ ਤੂੰ ਇੱਕ ਵਾਰ 2 ਦਿਨ ਤੋੜ ਬੰਦ ਕਰ ਲਓ। ਇਹ ਰਾਜਸਥਾਨ ਦਾ ਮਾਲ ਹੈ ਜੀ, ਇਹ ਥੋੜ੍ਹਾ ਗਦਰਾ ਮਾਲ ਹੈ, ਇਹ 11.5 ਰੁਪਏ ਵਿਕਿਆ ਜੀ। ਹਾਂਜੀ ਠੀਕ ਹੈ। ਇਹ ਥੋੜ੍ਹਾ ਹਰੇ ਪੰਚ ਆ ਗਿਆ ਜੀ ਮਾਲ, ਕਲਰ ਹੈ ਨਹੀਂ ਆ, ਡਿਸਕਲਰ ਮਾਲ ਕਹਿ ਦਈਏ ਇਹਨੂੰ, ਇਹ 11.5 ਰੁਪਏ ਵਿਕਿਆ। ਦੋਸਤੋ ਤੁਸੀਂ ਵੇਖ ਸਕਦੇ ਹੋ ਅੱਜ ਜਿਹੜੀ ਮੰਡੀ ਹੈ ਉਹ ਮੰਦੀ ਇਸ ਕਰਕੇ ਹੈ ਕਿ ਮੀਂਹ ਹੈ ਜਿਹੜਾ ਉਹ ਪੰਜਾਬ ਤੋਂ ਇਲਾਵਾ ਬਾਹਰਲੀਆਂ ਮੰਡੀਆਂ ਦੇ ਵਿੱਚ ਵੀ ਮੀਂਹ ਪੈਣ ਕਾਰਨ ਮੰਦਾ ਜਿਹੜਾ ਉਹ ਚੱਲ ਰਿਹਾ। ਜਿਹੜੇ ਜਿਹੜੇ ਵੀਰ ਜੁੜ ਰਹੇ ਆ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ, ਤੁਹਾਡੀ ਗੱਲਬਾਤ ਕਿਸਾਨ ਜਥੇਬੰਦੀਆਂ ਦੇ ਆਗੂ ਵੀ ਪਹੁੰਚੇ ਉਹਨਾਂ ਨਾਲ ਵੀ ਗੱਲ ਕਰਾਂਗੇ। ਕਿਉਂਕਿ ਮਹਾਰਾਜ ਗੁਰਮੁਖ ਸਿੰਘ ਜੀ ਕਿੰਨਾ ਕੁ ਮਾਲ ਖਰੀਦਿਆ ਅੱਜ? ਮਾਲ ਜੀ ਅੱਜ ਖਰੀਦਿਆ ਕੋਈ ਲਗਭਗ 1000 ਕਰੇਟ, 1100 ਕਰੇਟ ਖਰੀਦਿਆ। ਕਰੇਟ ਖਰੀਦਿਆ ਜੀ ਮੈਂ ਅੱਜ 6 ਰੁਪਏ ਕਿਲੋ ਤੋਂ ਲੈ ਕੇ 11.5 ਰੁਪਏ ਤੱਕ। 11.5 ਹਾਂਜੀ ਠੀਕ ਹੈ। ਅਤੇ ਇੱਕ ਕੋਈ ਮੌਸਮ ਕਰਕੇ ਰੇਟ ਦਾ ਹੈਗਾ? ਹਾਂਜੀ ਹਾਂਜੀ ਮੌਸਮ ਕਰਕੇ ਹੀ ਥੋੜ੍ਹਾ ਰੇਟ ਡਾਊਨ ਹੋ ਗਿਆ, ਸਾਰਿਆਂ ਪਾਸੇ ਬਰਸਾਤ ਹੋ ਰਹੀ ਹੈ। ਅਤੇ ਦੂਸਰਾ ਇਹ ਹੈ ਵੀ ਕਿੰਨੂ ਦੀ ਐਡਵਾਂਸ ਫਸਲ ਹੋਣ ਕਰਕੇ ਨਾ ਜੀ, ਅਤੇ ਗਾਂ ਉਠਾਓ ਨਹੀਂ ਹੈ। ਸੰਤਰਾ ਵੀ ਬਹੁਤ ਮੰਦਾ ਹੈ, ਸੰਤਰਾ ਮੰਡੀਆਂ ਦੇ ਵਿੱਚ 20 ਰੁਪਏ ਕਿਲੋ ਵਿਕ ਰਿਹਾ ਜੀ। ਜਿੱਥੇ ਜਿੱਥੇ ਸਾਡਾ ਮਾਲ ਜਾਂਦਾ ਅੱਗੋਂ ਸਾਨੂੰ ਉਹ ਜਵਾਬ ਦਿੰਦੇ ਵੀ ਸੰਤਰਾ ਬਹੁਤ ਮੰਦਾ ਹੈ ਅਤੇ ਕਿੰਨੂ ਦਾ ਉਠਾਓ ਨਹੀਂ ਹੈ। ਹਾਂ ਗਾ ਹੋਰ ਗੁਰਮੁਖ ਸਿੰਘ ਉੱਗੇ ਵਪਾਰੀ ਹੈ, ਖਰੀਦਦਾਰ ਹੈ ਜਿਹੜਾ ਕਿੰਨੂ ਖਰੀਦਦੇ ਹੈ,
ਤਾਂ ਤੁਸੀਂ ਵੇਖ ਸਕਦੇ ਹੋ ਕਿ ਮੰਡੀ ਦੇ ਵਿੱਚ ਅੱਜ ਮੰਦਾ ਜਿਹੜਾ ਚੱਲ ਰਿਹਾ ਵੀਰੋ ਵੀਡੀਓ ਸ਼ੇਅਰ ਕਰਿਓ ਧੰਨਵਾਦ ਹੋਵੇਗਾ ਸ਼ੇਅਰ ਜ਼ਰੂਰ ਕਰੋ ਜੈਕੋਬਾਲ ਧੰਨਵਾਦ ਵੀਰ ਗੁਰਮੁਖ ਸਿੰਘ ਵਿਕਰਾਂਤ ਡਾਲ ਜੀ ਧੰਨਵਾਦ ਹਰਪਾਲ ਸਿੰਘ ਵੀਰ ਦਾ ਧੰਨਵਾਦ ਜਿਹੜੇ ਵੀਰ ਕਮੈਂਟ ਕਰਦੇ ਆ ਉਹਨਾਂ ਦਾ ਖਾਸ ਤੌਰ 'ਤੇ ਧੰਨਵਾਦ ਆ ਪਰ ਬੇਨਤੀ ਇੱਕੋ ਹੀ ਹੈ ਕਿ ਵੀਡੀਓ ਨੂੰ ਦੋਸਤੋ ਸ਼ੇਅਰ ਜ਼ਰੂਰ ਕਰੋ ਤਾਂ ਜੋ ਜ਼ਿਆਦਾ ਤੋਂ ਜ਼ਿਆਦਾ ਕਿਸਾਨਾਂ ਤੱਕ ਜਿਹੜੀ ਆਪਣੀ ਜਾਣਕਾਰੀ ਹੈ ਉਹ ਪਹੁੰਚ ਸਕੇ ਜਿਹੜੇ ਜਿਹੜੇ ਵੀਰ ਜੁੜਦੇ ਜਾ ਰਹੇ ਆ ਉਹ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਜਾਓ ਤਾਂ ਜੋ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਦਾ ਕਿੰਨੂ ਦੀ ਡਰੋਪਿੰਗ ਬਹੁਤ ਹੋ ਰਹੀ ਹੈ ਬਾਈ ਗੁਰਮੁਖ ਸਿੰਘ ਕਹਿ ਰਹੇ ਆ ਤਾਂ ਵੀਰੋ ਜਿਹੜਾ ਹੁਣ ਅੱਜ 30 ਨਵੰਬਰ ਦਾ ਆਖਰੀ ਦਿਨ ਹੈ ਜਿਹੜਾ 30 ਨਵੰਬਰ ਅੱਜ ਕੱਲ੍ਹ 1 ਦਸੰਬਰ ਸ਼ੁਰੂ ਹੋ ਜਾਣਾ ਤਾਂ ਭਾਅ ਜਿਹੜੇ ਉਹ ਬਿਲਕੁਲ ਠੱਗੀ ਹੈ ਵੀਰ ਜੀ ਲਖਵੀਰ ਸਰਾਂ ਕਹਿ ਰਹੇ ਵੀਰ ਹਰਪ੍ਰੀਤ ਦਾ ਧੰਨਵਾਦ ਬਾਈ ਦਾ ਤਾਂ ਮੰਡੀ ਦੇ ਵਿੱਚ ਅੱਜ 30 ਨਵੰਬਰ ਦੇ ਜਿਹੜੇ ਭਾਅ ਉਹ 6 ਰੁਪਏ ਤੋਂ 13-14 ਰੁਪਏ ਤੱਕ ਮੰਡੀ ਦੇ ਵਿੱਚ ਭਾਅ ਜਿਹੜਾ ਹੋ ਰਿਹਾ ਵੀਡੀਓ ਨੂੰ ਵੱਧ ਤੋਂ ਵੱਧ ਦੋਸਤੋ ਸ਼ੇਅਰ ਜ਼ਰੂਰ ਕਰੋ ਤਾਂ ਜੋ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਤੱਕ ਜਿਹੜੀ ਆਪਣੀ ਜਾਣਕਾਰੀ ਹੈ ਉਹ ਪਹੁੰਚ ਸਕੇ ਗੋਰਾ ਕੰਬੋਜ ਜੀ ਇਹਨਾਂ ਦਾ ਧੰਨਵਾਦ ਲੈ ਨਹੀਂ ਰਿਹਾ ਹਰਾ ਮਾਲ ਬਾਈ ਕਹਿੰਦਾ 5 ਰੁਪਏ ਵੀ ਨਹੀਂ ਲੈ ਰਿਹਾ ਕੋਈ ਕਿਉਂਕਿ ਅੱਜ ਅਰਾਈਵਲ ਵੀ ਤੁਸੀਂ ਦੇਖ ਸਕਦੇ ਹੋ ਅੱਗੇ ਕਿੰਨਾ ਰਸ਼ ਹੁੰਦਾ ਮੰਡੀ ਦੇ ਵਿੱਚ ਅਤੇ ਅੱਜ ਕਿਸਾਨ ਵੀਰੋ ਮੰਡੀ ਦੇ ਵਿੱਚ ਹਾਲਾਤ ਆ ਜਿਹੜੇ ਤੁਸੀਂ ਆਪ ਦੇਖ ਸਕਦੇ ਹੋ ਅਰਾਈਵਲ ਵੀ ਬੜੀ ਘੱਟ ਹੈ ਮਾਲ ਬੜਾ ਘੱਟ ਮੰਡੀ ਦੇ ਵਿੱਚ ਆਇਆ ਹੋਇਆ ਤੁਹਾਨੂੰ ਲਾਈਵ ਦਿਖਾ ਰਹੇ ਹਾਂ ਅਬੋਰ ਕਿੰਨੂ ਮੰਡੀ ਤੋਂ ਵਿਕਿਆ ਕੀ ਰੇਟ ਵਿਕਿਆ ਕੀ ਰੇਟ ਨਹੀਂ ਵਿਕਿਆ ਆਹ ਵਿਕਿਆ ਹੀ ਨਹੀਂ ਗਾ ਵੀ ਡਿੱਕੀ ਜਾਂਦਾ ਅੱਜ ਸੰਭਾਵਨਾਵਾਂ ਜਿਹੜੀਆਂ ਰੇਟ ਦੀਆਂ ਤਾਂ ਇੱਥੇ ਅੱਜ ਐਡਵੋਕੇਟ ਇੰਦਰਜੀਤ ਸਿੰਘ ਬਜਾਜ ਵੀ ਪਹੁੰਚੇ ਹੋਏ ਆ ਜਿਹੜੇ ਅਬੋਰ ਕਿੰਨੂ ਮੰਡੀ ਦੇ ਵਿੱਚ ਅਬੋਰ ਇਲਾਕੇ ਦੇ ਵਿੱਚ ਜਦੋਂ ਕਿੰਨੂ ਦੀ ਕੇਅਰ ਹੈ ਜਿਹੜੀ ਉਹਦੇ ਕਰਕੇ ਕਾਫੀ ਨੁਕਸਾਨ ਹੈ ਜਿਹੜਾ ਹੁੰਦਾ ਸੀ ਤਾਂ ਉਦੋਂ ਜਿਹੜਾ ਮਸਲਾ ਉਹਨਾਂ ਨੇ ਚੱਕਿਆ ਸੀ ਤਾਂ ਉਹ ਵੀ ਮੰਡੀ ਦੇ ਵਿੱਚ ਪਹੁੰਚੇ ਹੋਏ ਆ ਗੱਲਬਾਤ ਕਰਾਂਗੇ ਆਪਾਂ ਉਹਨਾਂ ਦੇ ਨਾਲ ਇਸ ਤੋਂ ਇਲਾਵਾ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਆਗੂ ਆ ਜਿਹੜੇ ਸੁਖਜਿੰਦਰ ਸਿੰਘ ਰਾਜਨ ਉਹ ਵੀ ਪਹੁੰਚੇ ਹੋਏ ਆ ਕੱਲ੍ਹ ਜਿਹੜੇ ਕਿਸਾਨ ਹੈ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਜਿਹੜੇ ਕਿਸਾਨ ਹੈ ਉਹ ਕੱਲ੍ਹ ਮਰਨ ਵਰਤ 'ਤੇ ਬੈਠ ਰਹੇ ਆ ਉਹਨਾਂ ਨਾਲ ਉਸ ਮਸਲੇ 'ਤੇ ਵੀ ਗੱਲਬਾਤ ਕਰਾਂਗੇ ਕਿ ਕੀ ਮਸਲਾ ਜਿਹੜਾ ਕਿਹੜੇ ਮਸਲੇ ਨੂੰ ਲੈ ਕੇ SDM ਦਫ਼ਤਰ ਦੇ ਬਾਹਰ ਉਹ ਧਰਨੇ 'ਤੇ ਬੈਠਣ ਜਾ ਰਹੇ ਆ ਤਾਂ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਅਹੁਦੇਦਾਰ ਹੈ ਉਹ ਕਿਸਾਨੀ ਮੰਗਾਂ ਨੂੰ ਲੈ ਕੇ ਧਰਨੇ 'ਤੇ ਬੈਠਣ ਜਾ ਰਹੇ ਹੈ ਮਰਨ ਵਰਤ 'ਤੇ ਬੈਠਣ ਜਾ ਰਹੇ ਹੈ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਕਿਹੜੇ ਮਸਲਿਆਂ ਨੂੰ ਲੈ ਕੇ ਕਿੱਥੇ ਆ ਬਾਈ ਜਿੱਥੇ ਮੈਂ ਖੜ੍ਹਾਂ ਉੱਥੇ ਆਏ ਤਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਅਜਿਹੀ ਕੀ ਲੋੜ ਪੈ ਰਹੀ ਹੈ ਕਿ ਕਿਸਾਨਾਂ ਨੂੰ ਮਰਨ ਵਰਤੇ ਧਰਨੇ 'ਤੇ ਬੈਠਣ ਲਈ ਮਜਬੂਰ ਹੋਣਾ ਪੈ ਰਿਹਾ ਹੈ ਅਬੋਰ SDM ਦਫ਼ਤਰ ਦੇ ਬਾਹਰ ਸ਼ੁੱਕਰਵਾਰ ਕੱਲ੍ਹ ਨੂੰ ਹਰਪਿੰਦਰ ਸਿੰਘ ਝੁਰੜਖੇੜਾ ਅਤੇ ਸੁਖਜਿੰਦਰ ਸਿੰਘ ਰਾਜਨ ਇਹ ਦੋਨੇ ਮਰਨ ਵਰਤੇ ਬੈਠਣ ਜਾ ਰਹੇ ਹੈ ਕਿਹੜੇ ਪ੍ਰਧਾਨ ਪ੍ਰਧਾਨ ਉੱਧਰ ਗਿਆ ਹੋਣਾ ਜੀ ਤਾਂ ਉਹਨਾਂ ਨਾਲ ਵੀ ਗੱਲਬਾਤ ਆ ਜਿਹੜੀ ਉਹ ਕਰਾਂਗੇ ਅਬੋਰ ਕਿੰਨੂ ਮੰਡੀ ਤੋਂ ਲਾਈਵ ਤੁਹਾਨੂੰ ਦਿਖਾ ਰਹੇ ਹਾਂ ਟਾਈਮ ਮਾਨ ਸਾਹਿਬ ਪੁੱਛ ਰਹੇ ਆ ਵੀ ਟਾਈਮ ਜਿਹੜਾ ਉਹ ਕੀ ਹੋਏਗਾ ਧਰਨ ਉਹਦਾ ਮਰਨ ਵਰਤ ਦਾ ਧਰਨੇ ਦਾ ਉਹ ਵੀ ਤੁਹਾਨੂੰ ਦੱਸਾਂਗੇ ਸੁਖਜਿੰਦਰ ਸਿੰਘ ਰਾਜਨ ਪਹੁੰਚੇ ਹੋਏ ਆ ਅੱਜ ਵੀ ਜਿਹੜਾ ਮੰਡੀ ਦੇ ਵਿੱਚ ਨਰਮੇ ਦੀ ਖਰੀਦ ਨੂੰ ਲੈ ਕੇ ਬੜਾ ਰੌਲਾ ਪਿਆ ਸੀ ਤਾਂ ਉਹ ਰੌਲੇ ਦਾ ਵੀ ਕੀ ਕਾਰਨ ਰਿਹਾ ਉਹ ਵੀ ਪੁੱਛਾਂਗੇ ਸੁਖਜਿੰਦਰ ਸਿੰਘ ਰਾਜਨ ਸਾਡੇ ਨਾਲ ਅਤੇ ਉਹਨਾਂ ਤੋਂ ਜਾਣਾਂਗੇ ਕਿ ਕੀ ਕਾਰਨ ਆ ਕੀ ਲੋੜ ਅਜਿਹੀ ਧਰਨਾ ਮਰਨ ਕਿਸਾਨਾਂ ਨੂੰ ਬੈਠਣਾ ਪੈ ਰਿਹਾ ਰਾਜਨ ਜੀ ਕੀ ਅਜਿਹੀ ਲੋੜ ਕਿਉਂ ਪੈ ਰਹੀ ਹੈ ਕਿ ਵੱਡਾ ਜਿਹੜਾ ਮਤਲਬ ਫੈਸਲਾ ਕਰਨਾ ਪੈ ਰਿਹਾ ਢਿੱਲੋ ਸਾਹਿਬ ਤੁਸੀਂ ਤਾਂ ਰੋਜ਼ ਨਰਮਾ ਮੰਡੀ 'ਚ ਵੀ ਹਾਜ਼ਰੀ ਭਰਦੇ ਹੋ ਇੱਥੇ ਵੀ ਭਰਦੇ ਹੋ ਕਿੰਨੂ ਮੰਡੀ 'ਚ ਵੀ ਤੁਹਾਨੂੰ ਕਿਸਾਨਾਂ ਦੇ ਹਾਲ ਦੀ ਮੈਨੂੰ ਲੱਗਦਾ ਦੱਸਣ ਦੀ ਲੋੜ ਨਹੀਂ ਹੈਗੀ ਨਰਮਾ ਪਿਛਲੇ ਮਹੀਨੇ ਤੋਂ ਅਸੀਂ ਕੋਸ਼ਿਸ਼ ਕਰ ਰਹੇ ਸੀ ਵੀ ਨਰਮੇ ਦਾ ਰੇਟ ਜਿਹੜੀ CCI ਮਸਾਂ ਨੂੰ ਤਾਂ ਪਹਿਲੇ ਲਿਆਉਂਦਾ ਉਹਨੂੰ ਲਿਆ ਕੇ 6500 ਤੋਂ ਲੈ ਕੇ 6700-6900 ਤੱਕ ਨਰਮਾ ਅਸੀਂ ਜ਼ਿਮੀਂਦਾਰ ਦਾ ਵਿਖਾਉਂਦੇ ਰਹੇ ਲੋਕਾਂ ਨੂੰ ਜਾਗਰੂਕ ਕੀਤਾ ਅਤੇ ਉਹ CCI ਨੂੰ ਵੇਚਣ ਲਈ ਸਾਡੇ ਨਾਲ ਸਹਿਮਤ ਹੋ ਗਏ ਕੱਲ੍ਹ ਬਕਾਇਦਾ 5 ਵਜੇ
चिट्ठी उत्तो आई भी CCI की बोली पांच, चलो असी कल नहीं बोले, असी उन्होंने फोन किया कहते चालू करावे अज बकायदा जो सवेरे हाल वेख्या चंगा नरमा जो अभी 5,000 to 5,500 रेट ला रहे जेडे फैक्ट्रिया तो जोड़ा पछाड़ जी आप 6,500 रुपये मिनिमम प्राइस से बेच रहे CCI वो पछाड़ ठुडे मार रहे कहते साढ़े पास ही है नहीं तो किलो का तुम देख लो 7-8 रुपये वेख 7-8 रुपये कोई रेट है की रेट है दसो की करेगा जिमीदार अज तो 10 साल पहले भी रेट से तो अज भी रेट है कितने जाए किसानों के खर्चे बढ़ गए बच्चे उन्होंने ही पढ़ते हैं दिनों दिन किसान का हाल खुदकुशी करने वाला हो रहा है उसनु अज जी सवेरे मंडी चो ट्रालियां लैके किसान बेचारे भरिया वापस लैके मुड़े है मन में बहुत दुख लगे जी नवी सरकार आई सी असी सोचा सी कोई बदलाव आएगा कोई लोगों भी आम लोगों की जेब च पैसे जाएंगे पर इत्थे तो होर ही कुछ हो रहा है उस नाल ज़्यादा ठगी बढ़ चुकी है इस करके सवेरे असी साढ़े नाल मेरा एक साथी भी है तो साड़ी सारी यूनियन SDM दफ्तर बोर के बाहर मरण वरते बैठन जा रहे हैं ये सारिया जिहड़ियां किसानी मंगा इन्हां दे समूह लई जे सानू सरकारी अफसर या सरकारी जिहड़े नुमाइंदे कर नौकरी लगे है जे साड़ी गल ऐ नहीं सुनणगे तो सानू मरण वरते बैठ के ही उन्हां नूं गल सुनाणी पऊ CID वाले फोन आए चंडीगढ़ फोन आए असी उन्होंने बकायदा दसता भी इस तरह फैक्ट्रिया च या वैक्सिंग प्लाटा च जिहड़े वड्डे लोटू टोले आ वह तो चोरी करके अमीर तो अमीर हो रहा है तो किसान दिनों दिन गरीब हो रहा है ये वारी ट्राले लिया के रोज़ का लख लख रुपया कमा रहे इतों नरमे चो ये फैक्ट्रिया चो बहरों राजस्थान चो ट्राले आ के तो CCI 4500 लिया के इतने CCI 6500 मिक्स कर रहे हैं फैक्ट्रिया ये तो कारपोरेट घरा रहे दिनों दिन अमीर हो रहा है किसान दिनों दिन गरीब हो जाता जाता है इस असी लुट बोर तो चलन फाइल का जिले चलन नहीं देंगे जो उद तक जीते हाँ जो मर गए तो उनका सानू पता नहीं सर हाँ जिन्ना चर मंगा नहीं मनी जाए साडा मरण वरत जरा वो तो रब न पता की होना है जारी रहूगा एक जरा पिछे कोई कपड़ा फड़िया फैक्ट्री च रात में जाके साड़ी है भी उनका भी लसेंस रद्द किया जाए तो उनके बकायदा परचा किया जाए जो फैक्ट्री वाले नत्थ पै सके यही साड़ी नहीं सर अज कोई खरीद नहीं सारे बकायदा नग पुठे मुड़े है जदों तक असं ऐलान करता सारे किसानों की सहमति नाल किया यूनियन के जथेबंदी का ऐलान नहीं गा जो तक CCI नहीं आऊगी उदों तक नरमे के एक दाना भी इतने नहीं विकन देंगे हाँ जी किसानों बिल्कुल सारे किसानों अपील की जदों तक CCI की खरीद नहीं होंगी अपना ना लिया आप लुट कराणू कानू करवानी है भी 2,000 रुपये रेट घट आप घ्यो बेचिए CCI लिया की पूरी कोशिश की जाऊगी जेडे संदीप जाखड़ जी है इतों के MLA उन्होंने बकायदा गल की है क्योंकि उन्होंने जेडे चाचा जी है सुनील जाखड़ जी BJP पंजाब के प्रधान है तो उत्ते केंद्र की सरकार है उन्होंने बकायदा कहा है कि तुम सुनील जाखड़ जी कह के तो उत्तों दबा पा के CCI दोबारा बोर्ड से लिया जाए धन्यवाद ये सुखजिंदर सिंह राजन जेडे के भारतीय किसान यूनियन राज्यवाल के अहदेदार है जी हुई है तू दस दिए कि अबोर मंडी के किनू की जी आमद है वो लगातार जारी है मंडी च किनू आ रहा है पर 6 रुपए तो लैके 13 रुपए तक किनू है जोड़ा विकया इस तो इलावा दोस्तों जेकर आप गल करिए किसानों वालों जोड़ा कल मरण वरत शुरू किया जा रहा वो जोड़ा मरण वरत है वो नरमे तो किनू दे किसानों के हक के फैसलों नू लैके वो किया जा रहा तो अबोर किनू मंडी तो लाइव तुसी जुड़े हुए हो तुहाडी गलबात है जिहड़ी वो करावांगे एडवोकेट इंद्रजीत सिंह बजाज जिन्होंने केर का एक मसला होया सी केर जिहड़ी केर के नाते किनू चोरी हुंदा सी अबोर इलाके के बागों में तो उन्होंने मुद्दा जिहड़ा चक के केर वाली जिहड़ी कंपनी सी वो उन्होंने वक्त भी पाया सी क्योंकि किसानों का जिते मसला सी तो उन्होंने बड़ा संजीदगी नाल ये मसला जिहड़ा चक्या सी ता जेड़े वीर भी जुड़ रहे हैं वो वीडियो नू शेयर जरूर कर दो ता जो वध तो वध लोगों तक जिहड़ी अपनी जानकारी है वो पहुँच सके एडवोकेट इंद्रजीत सिंह बजाज है आप गलबात करांगे उन्हां दे नाल ता उन्हां तो जानते हैं
ਕਿ ਕਿੰਨੂ ਨੂੰ ਲੈ ਕੇ ਕੀ ਸੋਚਦੇ ਆ ਉਹ ਤੇ ਕਿੰਨੂ ਦੀ ਸਾਰੀ ਜਿਹੜੀ ਉਹਨਾਂ ਦੇ ਤਜਰਬੇ ਆ ਬਾਈ ਕੀ ਸੋਚਦੇ ਹੋ ਕਿੰਨੂ ਦੀ ਪੈਦਾਵਾਰ ਕਿਵੇਂ ਆ ਰੇਟ ਕਿਵੇਂ ਚੱਲ ਰਿਹਾ ਕੁਆਲਿਟੀ ਦਾ ਕੀ ਹੈ ਸਾਰੀ ਜਾਣਕਾਰੀ ਹੈ ਜਿਹੜੀ ਉਹ ਕਿਸਾਨਾਂ ਨਾਲ ਸਾਂਝੀ ਜ਼ਰੂਰ ਦੇਖੋ ਮੈਂ ਅੱਜ ਪਹਿਲੀ ਵਾਰੀ ਕਿੰਨੂ ਮੰਡੀ 'ਚ ਆਪਦੇ ਕੁਛ ਕਿੰਨੂ ਲੈ ਕੇ ਆਇਆ ਜਿਹੜਾ ਤਜਰਬਾ ਅੱਜ ਕਿੰਨੂ 12 ਰੁਪਈਏ ਦੇ ਕਰੀਬ ਜਿਹੜਾ ਰੰਗੀਨ ਕਿੰਨੂ ਇੱਥੇ ਵਿਕਿਆ ਅਤੇ ਜਿਹੜੇ ਤਜਰਬੇ ਨੇ ਐਤਕੀ ਜਿਹੜੀ ਬੰਪਰ ਕਰੋਪ ਸੀਗੀ ਬੰਪਰ ਕਰੋਪ ਬੂਟੇ ਇੱਕ ਬੂਟੇ 'ਤੇ ਚਾਰ ਚਾਰ ਪੰਜ ਪੰਜ ਕੁਇੰਟਲ ਤੋਂ ਉੱਪਰ ਦਾ ਮਾਲ ਹੈ ਪਰ ਇਹ ਡਿਪੈਂਡ ਕਰਦਾ ਵੀ ਕਿਹੜੇ ਬਾਗ 'ਚ ਕਿਹੜੇ ਬਾਗਬਾਨ ਦੇ ਕਿਸਮਤ ਦੇ ਨਾਲ ਕਿਹੋ ਜਿਹੇ ਫਰੂਟ ਸਾਈਜ਼ ਪੈਦਾ ਹੋਇਆ ਇਹਨਾਂ ਸਾਰੀਆਂ ਗੱਲਾਂ ਨੂੰ ਧਿਆਨ 'ਚ ਰੱਖਦੇ ਹੋਏ ਜਿਹੜਾ ਮੈਂ ਕਹਿਣਾ ਮੰਡੀ ਦੀਆਂ ਜੋ ਗੱਲਾਂ ਨੇ ਪਿਛਲੇ ਦਿਨਾਂ ਜਿਹੜੀਆਂ ਜੋ ਗੱਲਾਂ ਚੱਲੀਆਂ ਕਿਸਾਨ ਜਥੇਬੰਦੀਆਂ ਨੇ ਰਲ ਕੇ ਇਨਕਰਜ ਕੀਤਾ ਵੀ ਕਿਨੂੰ ਦਾ ਰੇਟ ਵਧਣਾ ਜਿਹਦਾ ਵਾਕਈ ਇੱਕ ਆਮ ਜ਼ਿਮੀਂਦਾਰ ਦਾ ਖਰਚਾ ਹੈਗਾ ਉਹ ਇਸ ਸਟੇਟ 'ਚ ਪੂਰਾ ਨਹੀਂ ਹੋ ਸਕਦਾ ਪਿਛਲੇ ਦਿਨੇ ਸਾਡੇ ਮਾਣਯੋਗ ਹੋਰਟੀਕਲਚਰ ਮਿਨਿਸਟਰ ਆਏ ਸੀ ਅਸੀਂ ਉਹਨਾਂ ਨੂੰ ਵੀ ਬੇਨਤੀ ਕੀਤੀ ਸੀ ਵੀ ਕਿਸੇ ਤਰੀਕੇ ਨਾਲ ਪੰਜਾਬ ਐਗਰੋ ਦੇ ਨਾਲ ਟਾਈ ਅਪ ਕਰਕੇ ਜਾਂ ਕਿਸੇ ਤਰੀਕੇ ਨਾਲ ਵਧੀਆ ਤਰੀਕੇ ਦੇ ਨਾਲ ਜਿਹੜਾ ਕਿਨੂੰ ਹੈਗਾ ਉਹਨੂੰ ਪ੍ਰੋਸੈਸ ਕਰਕੇ ਵਧੀਆ ਜਿਵੇਂ ਕਿਨੂੰ ਦੀ ਜਿੰਨ ਬਣੀ ਸੀ ਉਸ ਤਰ੍ਹਾਂ ਵਧੀਆ ਪਲਾਂਟ ਲਗਾਇਆ ਜਾਵੇ ਜਿਹਦੇ ਨਾਲ ਜਿਹੜੇ ਸਾਡੇ ਇਲਾਕੇ ਦੇ ਕਿਨੂੰ ਬਾਗਬਾਨ ਨੇ ਉਹਨਾਂ ਨੂੰ ਬਹੁਤ ਵੱਡਾ ਮੁਨਾਫਾ ਹੋ ਸਕੇ ਇਹ ਇੱਕ ਸਾਂਝਾ ਉਪਰਾਲਾ ਹੋਣਾ ਚਾਹੀਦਾ ਚਾਹੇ ਉਹ ਕਿਸਾਨ ਦਾ ਹੋਵੇ ਚਾਹੇ ਉਹ ਵਪਾਰੀ ਦਾ ਹੋਵੇ ਚਾਹੇ ਉਹ ਸਰਕਾਰ ਦਾ ਹੋਵੇ ਤਾਂ ਕਿ ਅਸੀਂ ਜਿਹੜੇ ਸਾਡੇ ਪੁਰਾਣੇ ਸਾਨੂੰ ਵਿਰਾਸਤ ਦੇ ਵਿੱਚ ਮਿਲੇ ਬਾਗ ਨੇ ਅੱਜ ਮੈਂ ਦੇਖਿਆ ਵੀ ਸਾਡੇ ਪਿੰਡ ਵੀ ਜਿਹੜੇ ਕੁਛ ਬਾਗ ਸੀ ਉਹ ਪਾਣੀ ਦੀ ਕਮੀ ਕਰਕੇ ਖਰਾਬ ਹੋ ਗਏ ਕੁਛ ਲੋਕ ਪੱਟ ਰਹੇ ਨੇ ਅਤੇ ਸਰਕਾਰਾਂ ਨੂੰ ਵੀ ਸੰਜੀਦਗੀ ਨਾਲ ਇਹ ਗੱਲਾਂ ਲੈਣੀਆਂ ਚਾਹੀਦੀਆਂ ਚਾਹੇ ਉਹ ਪੁਰਾਣੇ ਬੂਟੇ ਸੁਰਜੀਤ ਕਰਨ ਵਾਸਤੇ ਰੋਡੋਮਿਲ ਦਾ ਮਸਲਾ ਹੋਵੇ ਚਾਹੇ ਇੰਡੀਵਿਜ਼ੁਅਲ ਰੂਟਾਵੇਟਰ ਦਾ ਮਸਲਾ ਹੋਵੇ ਚਾਹੇ ਕਿਨੂੰ ਪ੍ਰੋਸੈਸਿੰਗ ਦਾ ਮਸਲਾ ਹੋਵੇ ਇਹ ਸਾਰੀਆਂ ਗੱਲਾਂ ਚੰਗੇ ਪਲੇਟਫਾਰਮ 'ਤੇ ਰੱਖ ਕੇ ਆਉਣ ਵਾਲੇ ਸਮੇਂ ਨੂੰ ਚੰਗਾ ਕਰਨ ਲਈ ਸਾਨੂੰ ਸਾਂਝੇ ਉਪਰਾਲੇ ਕਰਨੇ ਚਾਹੀਦੇ ਹੈ ਪਰ ਅੱਜ ਜਿਹੜਾ ਕਹਿ ਸਕਦੇ ਹਾਂ ਵੀ ਕਿਨੂੰ ਦਾ ਜਿਹੜਾ ਬਾਗਬਾਨ ਹੈਗਾ ਉਹ ਚੰਗਾ ਭਾਅ ਨਾ ਮਿਲਣ ਕਰਕੇ ਨਿਰਾਸ਼ਾ ਦੇ ਆਲਮ 'ਚ ਹੈ ਅਤੇ ਨਰਮਾ ਇੱਕ ਸਾਈਡ 'ਤੇ ਨਹੀਂ ਹੋਇਆ ਅਤੇ ਦੂਸਰੀ ਸਾਈਡ ਜਿਹੜੀ ਮੈਨੂੰ ਅੱਜ ਬਹੁਤ ਮੰਦਭਾਗੀ ਜਿਹੜੀ ਸੂਚਨਾ ਦੇਖਣ ਨੂੰ ਮਿਲੀ ਹੈ ਵੀ CCI ਨੇ ਅਬੋਹਰ ਦੇ ਵਿੱਚ ਨਰਮੇ ਦੀ ਖਰੀਦ ਵੀ ਬੰਦ ਕਰ ਦਿੱਤੀ ਹੈ ਅਤੇ ਨਰਮਾ ਇੱਕ ਤਾਂ ਪਹਿਲਾਂ ਮਾੜੇ ਪ੍ਰਬੰਧਾਂ ਕਰਕੇ ਨਹੀਂ ਹੋ ਸਕਿਆ ਉੱਤੋਂ ਖਰੀਦ ਬੰਦ ਕਰ ਦਿੱਤੀ ਅਤੇ ਇੱਕ ਜ਼ਿਮੀਂਦਾਰ ਹੋਣ ਦੇ ਨਾਤੇ ਮੈਂ ਸਰਕਾਰਾਂ ਨੂੰ ਤੁਹਾਡੇ ਜ਼ਰੀਏ ਅਪੀਲ ਕਰਾਂਗਾ ਵੀ ਜ਼ਿਮੀਂਦਾਰ ਦੇ ਪੱਖ 'ਚ ਸੋਚਣ ਅਤੇ ਇਸ ਇਹਨਾਂ ਸਮੱਸਿਆਵਾਂ ਦਾ ਹੱਲ ਕੱਢਣ ਤਾਂ ਕਿ ਜ਼ਿਮੀਂਦਾਰ ਆਉਣ ਵਾਲੇ ਸਮੇਂ 'ਚ ਆਪਦੀ ਰਸਲ ਵਿਸਾਰਾ ਕਰ ਸਕਣ ਅਤੇ ਇੱਕ ਜਿਹੜੇ ਉਦਣ ਮੰਤਰੀ ਸਾਹਿਬ ਆਏ ਸੀ ਮੰਤਰੀ ਸਾਹਿਬ ਨੇ ਕਿਹਾ ਸੀ ਵੀ ਕਿ ਬਾਗਬਾਨਾਂ ਲਈ ਜਿਹੜੇ ਸਾਰਥਕ ਯਤਨ ਉਹ ਕੀਤੇ ਜਾਣਗੇ ਕਿਵੇਂ ਦੇਖਦੇ ਉਹਨਾਂ ਨੂੰ ਦੇਖੋ ਸਾਰਥਕ ਜਿਹੜੇ ਯਤਨ ਨੇ ਮੰਤਰੀ ਸਾਹਿਬ ਨੂੰ ਜੋ ਆਫਿਸਰ ਨੇ ਦੱਸਿਆ ਹਜੇ ਤੱਕ ਗੱਲਾਂ ਉੱਥੇ ਤੱਕ ਹੀ ਬਿਲਕੁਲ ਪਹੁੰਚੀਆਂ ਨੇ ਉਹ ਗੱਲਾਂ ਨੂੰ ਜਾਂ ਉਹਨਾਂ ਜਿਹੜੀਆਂ ਸਾਡੀਆਂ ਮੰਗਾਂ ਨੇ ਉਹਨਾਂ ਨੂੰ ਕਿਵੇਂ ਅਮਲੀ ਜਾਮਾ ਪਹਿਨਾਇਆ ਜਾਂਦਾ ਆਉਣ ਵਾਲਾ ਸਮੇਂ ਦੱਸੇਗਾ ਪਰ ਮੈਂ ਆਸ ਕਰਦਾ ਵੀ ਜੇ ਮੰਤਰੀ ਸਾਹਿਬ ਸਾਡੇ ਸਿਟਰਸ ਕੌਂਸਲ ਦੇ ਵਿੱਚ ਸਿਟਰਸ ਵਿਭਾਗ ਦੇ ਵਿੱਚ ਆ ਕੇ ਆਪਣੀ ਕੁਛ ਗੱਲ ਨੂੰ ਹਾਮੀ ਭਰ ਕੇ ਗਏ ਆ ਕਿਉਂਕਿ ਉਹ ਜ਼ਿਮੀਂਦਾਰ ਪਰਿਵਾਰ ਦੇ ਨਾਲ ਸੰਬੰਧ ਰੱਖਦੇ ਆ ਅਤੇ ਜ਼ਿਮੀਂਦਾਰੀ ਬਾਰੇ ਉਹਨਾਂ ਨੂੰ ਪ੍ਰੋਪਰ ਜਿਹੜੀ ਨੌਲੇਜ ਹੈਗੀ ਹੈ ਅਤੇ ਮੈਂ ਆਸ ਕਰਦਾ ਵੀ ਉਹਦਾ ਨਤੀਜਾ ਜ਼ਰੂਰ ਨਿਕਲੂਗਾ ਅਤੇ ਜਿਹੜੇ ਰੇਟ ਆ ਜਿਵੇਂ ਆਪਾਂ 6 ਰੁਪਏ ਤੋਂ 13 ਰੁਪਏ ਤੱਕ ਅੱਜ ਕਿੰਨੂ ਆ ਜਿਹੜਾ 14 ਰੁਪਏ ਤੱਕ ਵਿਕਿਆ ਹੈ ਤਾਂ ਇਹ ਜਿਹੜੇ ਭਾਅ ਕਿਤੇ ਨਾ ਕਿਤੇ ਇਹ ਲੱਗਦਾ ਹੈਗਾ ਵੀ ਘਾਟੇ ਮਤਲਬ ਜਿਹੜੇ ਖਰਚੇ ਉਹ ਵੀ ਨਹੀਂ ਪੂਰੇ ਹੋ ਰਹੇ ਨੈਚੁਰਲੀ ਮੈਂ ਵੀ ਇੱਕ ਬਾਗਬਾਨ ਮੈਂ ਅੱਜ ਹੀ ਆਪਣੇ ਖੇਤ ਜਾ ਕੇ ਹਾਂ ਬਿਲਕੁਲ ਜਿਹੜਾ ਖਰਚਾ ਉਹ ਅੱਜ ਦੀ ਜੋ ਸਾਡਾ ਕਰੋਪ ਵਿਕ ਰਹੀ ਹੈ ਉਹ ਜਿਹੜਾ ਪੂਰਾ ਨਹੀਂ ਹੋ ਰਿਹਾ ਦੇਖੋ ਪਰ ਅਸੀਂ ਹਮੇਸ਼ਾ ਹੀ ਜਿਹੜੀ ਹੈਗੀ ਹੈ ਉਹ MSP ਦੀ ਗੱਲ ਕਰਦੇ ਹਾਂ ਸੈਂਟਰ ਸਰਕਾਰ ਜਿਹੜੀ ਹੁੰਦੀ ਹੈ ਉਹਨੇ MSP ਤੈਅ ਕਰਨੀ ਹੁੰਦੀ ਹੈ ਸਟੇਟ ਸਰਕਾਰ ਨੇ ਉਹਦੇ 'ਚ ਬੋਨਸ ਦੇਣੇ ਹੁੰਦੇ ਆ ਤੁਸੀਂ ਆਮ ਚਾਹੇ ਕਣਕ ਲਾ ਲਓ ਚਾਹੇ ਨਰਮਾ ਲਾ ਲਓ ਝੋਨਾ ਲਾ ਲਓ ਆਹ ਪ੍ਰੋਪਰ ਤੌਰ 'ਤੇ ਵਿਉਂਤਬੰਦੀ ਕਰਕੇ ਸਾਨੂੰ ਆ ਗੱਲਾਂ ਨੂੰ ਮੁੱਖ ਰੱਖ ਕੇ ਸਰਕਾਰ ਦੇ ਸਾਹਮਣੇ ਰੱਖਣਾ ਪਊਗਾ ਤਾਂ ਕਿ ਅਸੀਂ ਆਉਣ ਵਾਲਾ ਸਮਾਂ ਆਪਦਾ ਚੰਗੇ ਤਰੀਕੇ ਨਾਲ ਬਤੀਤ ਕਰ ਸਕੀਏ ਰੇਟ ਨੂੰ ਲੈ ਕੇ ਕੀ ਲੱਗਦਾ ਸੰਭਾਵਨਾਵਾਂ ਕੀ ਲੱਗਦੀਆਂ ਤੁਹਾਨੂੰ ਵਪਾਰੀਆਂ ਨਾਲ ਵੀ ਤੁਹਾਡੀ ਗੱਲਬਾਤ ਹੋਈ ਕੋਈ ਵਧਣ ਦੀ ਉਮੀਦ ਲੱਗ ਰਹੀ ਦੇਖੋ ਵਪਾਰੀਆਂ ਨੇ ਤਾਂ ਆਪਣੀ ਗੱਲ ਕਰਨੀ ਹੁੰਦੀ ਹੈ ਉਹ ਤਾਂ ਕਹਿੰਦੇ ਵੀ ਬੰਪਰ ਕਰੋਪ ਹੈ ਡਿਮਾਂਡ ਨਹੀਂ ਗੀ ਪਰ ਜਿਹੜੇ ਜ਼ਿਮੀਂਦਾਰ ਨੇ ਸਾਲ ਦੀ ਫਸਲ ਹੈ ਕਿਨੂੰ ਉਹ ਕਰੋਪ ਆਪਣੀ ਜਿਹੜੀ ਪਾਲੀ ਹੋਵੇ ਉਹਨੂੰ ਇਹ ਸਿੱਟਣ ਨੂੰ ਬਹੁਤ ਜੀ ਨਹੀਂ ਕਰਦਾ ਇਸ ਕਰਕੇ ਮੇਰੀ ਜ਼ਿਮੀਂਦਾਰਾਂ ਨੂੰ ਇਹੀ ਬੇਨਤੀ ਹੈ ਵੀ ਕਿਨੂੰ ਦੇ ਸੀਜ਼ਨ ਨੂੰ ਹਜੇ ਤੱਕ 2 ਮਹੀਨੇ ਹੋਰ ਪਏ ਹੈ ਕਿਸੇ ਦੇ ਮਗਰ ਲਾ ਕੇ ਇੱਕੋ ਦਮ ਜਿਹੜਾ ਹੈਗਾ ਵੀ ਉਹ ਨਾ ਕਿਨੂੰ ਲੈ ਕੇ ਉਹ ਵੇਟ ਕਰਨੀ ਚਾਹੀਦੀ ਹੈ ਬਾਕੀ ਜੋ ਪਰਮਾਤਮਾ ਨੇ ਕਿਸਮਤ 'ਚ ਲਿਖਿਆ ਉਹ ਖੋ ਨਹੀਂ ਸਕਦਾ ਜਿਵੇਂ ਡਰੋਪਿੰਗ ਨੂੰ ਲੈ ਕੇ ਕਈ ਕਹਿੰਦੇ ਹੈ ਵੀ ਹਰਾ ਤਾਂ ਤੋੜ ਕੇ ਲਿਆਂਦਾ ਜਾ ਰਿਹਾ ਹੈ ਇੱਕ ਤਾਂ ਡਰੋਪਿੰਗ ਹੋ ਰਹੀ ਹੈ ਦੂਜਾ ਕਹਿੰਦੇ ਹੈ ਵੀ ਮਾਲ ਜ਼ਿਆਦਾ ਹੋਣ ਕਾਰਨ ਭਾਰ ਜ਼ਿਆਦਾ ਬੂਟਿਆਂ ਦੇ ਤਾਂ ਉਸ ਕਰਕੇ ਜਿਹੜਾ ਕਹਿੰਦੇ ਹਰਾ ਵੀ ਤੋੜਨਾ ਪੈ ਰਿਹਾ ਪਰ ਹਰੇ ਦਾ ਜਿਹੜਾ ਰੇਟ ਆ ਉਹ ਨਹੀਂ ਮਿਲਦਾ
देखो तुसी जिहड़ा हैगा भी भार ज्यादा होने करके लिया रहे हो, मैनू कई बार लगता भी जिहड़ा तुसी कलर्ड किनू नहीं लियांदे उहदे करके भी मंडी दे विच तुहानू जिहड़ा हैगा घट रेट मिलता है। ਜਾਂ ਗੱਡੀਆਂ ਭਰੀਆਂ ਜਾ ਰਹੀਆਂ, ਸਾਰਾ ਰੰਗ ਹੌਲੀ ਹੌਲੀ ਬਾਗਾਂ 'ਚ ਰੰਗ ਆ ਰਿਹਾ। ਮੈਨੂੰ ਜ਼ਿੰਮੇਦਾਰ ਤੁਹਾਡੇ ਜਿਹੜੀ ਇਹੀ ਬੇਨਤੀ ਹੈ ਵੀ ਹਜੇ ਤੱਕ 5-10 ਦਿਨ ਜਦੋਂ ਤੱਕ ਪੂਰਾ ਰੰਗ ਨਹੀਂ ਆ ਜਾਂਦਾ ਬਿਲਕੁਲ ਵੇਟ ਕਰਨੀ ਚਾਹੀਦੀ ਹੈ ਵੀ ਤਾਂ ਕਿ ਅਸੀਂ ਚੰਗੇ ਭਾਅ ਜਿਹੜੇ ਹੈਗੇ ਆ ਉਹ ਲੈ ਸਕੀਏ, ਅਤੇ ਜਿਹੜੀ ਕੇਅਰ ਹੈਗੀ ਆ ਉਹ ਕੇਅਰ ਮੰਡੀ 'ਚ ਨਹੀਂ ਲਿਆਉਣੀ ਚਾਹੀਦੀ। ਪਰਾਲੀ ਨੂੰ ਲੈ ਕੇ ਕੀ ਕਹਿਣਾ ਚਾਹੁੰਦੇ ਹੋ, ਕਿਉਂਕਿ ਪਰਾਲੀ ਨੂੰ ਲੈ ਕੇ ਸਰਕਾਰ ਵੀ ਸੰਜੀਦਾ ਹੈਗੀ ਹੈ ਵੀ ਪਰਾਲੀ ਨੂੰ ਆ ਕੇ ਨਾ ਲਾਈ ਜਾਵੇ, ਤਾਂ ਕੀ ਲੱਗਦਾ ਕੀ ਹੈਗਾ ਵੀ ਨਹੀਂ ਲੱਗੀ ਪਰਾਲੀ ਨੂੰ ਆ ਕੇ ਜਾਂ ਹੁਣ ਕੀ ਸੰਭਾਵਨਾ? ਦੇਖੋ ਜਿਹੜੀ ਪਰਾਲੀ ਦੀ ਅੱਗ ਦੀ ਗੱਲ ਕਰਦੇ ਹੋ, ਪੰਜਾਬ ਅਗਲੇ ਵਾਰ ਤੋਂ ਕੀ ਪ੍ਰਬੰਧ ਹੋਣੇ ਚਾਹੀਦੇ ਆ ਵੀ ਪਰਾਲੀ ਨੂੰ ਅੱਗ ਨਾ ਲੱਗੇ? ਦੇਖੋ ਸਰਕਾਰ ਨੇ ਜਿਹੜਾ ਪਿਛਲਾ ਘੁਟਾਲਾ ਕੱਢਿਆ 1100 ਕਰੋੜ ਦਾ, ਉਹ ਇਸ ਸਰਕਾਰ ਦਾ ਨਹੀਂ ਪਿਛਲੀਆਂ ਸਰਕਾਰਾਂ ਦਾ ਘੁਟਾਲਾ, ਚਾਹੇ ਉਹ ਆਮ ਜਿਹੜੀ ਮਸ਼ੀਨਾਂ ਨੇ, ਚਾਹੇ ਹੈਪੀ ਸੀਡਰ ਨੇ, ਚਾਹੇ ਸੁਪਰ ਸੀਡਰ ਨੇ, ਜਾਂ ਪਰਾਲੀ ਨੂੰ ਸਾਂਭਣ ਵਾਲੀ ਮਸ਼ੀਨਾਂ ਨੇ, ਉਹ ਕਿਹੜੇ ਲੋਕਾਂ ਜਾਂ ਕਿਹੜੇ ਅਫਸਰਾਂ ਨੇ ਖੁਰਦ ਬੁਰਦ ਕੀਤੀਆਂ, ਉਹ ਸਾਰਾ ਨਿਚੋੜ ਕੱਢ ਕੇ ਹੋਰ ਸਰਕਾਰ ਨੂੰ ਪ੍ਰਬੰਧ ਕਰਨੇ ਚਾਹੀਦੇ ਆ ਵੀ ਆ ਜਿਹੜੇ ਪਰਾਲੀ ਦਾ ਜਿਹੜਾ ਸਾਡੇ 'ਤੇ ਤੋਹਮਤ ਲੱਗਦੀ ਹੈ, ਹਮੇਸ਼ਾ ਦਿੱਲੀ ਵੱਲੋਂ ਲਾ ਲਓ ਜਾਂ ਸਰਕਾਰਾਂ ਵੱਲੋਂ ਲਾ ਲਓ ਵੀ ਤੁਹਾਡੇ ਪੰਜਾਬ ਦੇ ਧੂੰਏ ਕਰਕੇ ਜਿਹੜੀ ਹੈਗੀ ਹੈ ਵੀ ਸਾਨੂੰ ਸਾਹ ਲੈਣ 'ਚ ਪ੍ਰੋਬਲਮ ਆਉਂਦੀ ਹੈ, ਪਰ ਇਹੋ ਜਿਹਾ ਬਿਲਕੁਲ ਨਹੀਂ। ਤੁਸੀਂ PAU ਦੇ ਪਿਛਲੇ ਜਿਹੜੇ ਸਾਇੰਟਿਸਟ ਨੇ, ਡਾਕਟਰ ਨੇ, ਉਹਨਾਂ ਦੀਆਂ ਗੱਲਾਂ ਬਾਤਾਂ ਸੁਣੀਆਂ ਹੋਣਗੀਆਂ ਵੀ ਸਿਰਫ ਅਤੇ ਸਿਰਫ ਪੰਜਾਬ ਉਹਦੇ ਵਿੱਚ 6% ਹੀ ਜਿਹੜਾ ਹੈਗਾ ਵੀ ਉਹ ਪੋਲਿਊਸ਼ਨ ਦੀ ਗੱਲ ਕਰਦਾ, ਅਤੇ ਕਦੀ ਹਰਿਆਣੇ 'ਤੇ ਕਦੀ ਤੋਹਮਤ ਨਹੀਂ ਲੱਗੀ, ਕਿਉਂਕਿ ਹਰਿਆਣਾ ਬਹੁਤ ਵੱਡੀ ਪੈਦਾਵਾਰ ਕਰਦਾ ਝੋਨੇ ਦੀ, ਉਹ ਆਪਣਾ ਕਹਿ ਸਕਦੇ ਹਾਂ UP 'ਚ ਬਹੁਤ ਵੱਡਾ ਝੋਨੇ ਦੀ ਤਾਦਾਦ, MP ਇੱਕ, ਇਹ ਸਾਰੀਆਂ ਤੋਹਮਤਾਂ ਪੰਜਾਬ ਦੇ ਜ਼ਿੰਮੀਦਾਰ 'ਤੇ ਕਿਉਂ ਲਾਈਆਂ ਜਾਂਦੀਆਂ? ਇਸ ਕਰਕੇ ਵੀ ਇਹ ਕਹਿ ਦਈਏ ਅਤੇ ਜਿਹੜੀਆਂ ਸਾਨੂੰ ਬਿਲਕੁਲ ਇੱਕ ਟੇਬਲ 'ਤੇ ਬੈਠ ਕੇ ਜੇ ਇੱਕ ਸੁਸਾਇਟੀ ਦੇ ਰੂਪ ਦੇ ਵਿੱਚ ਵੇਖੋ ਐਡੇ ਮਹਿੰਗੇ ਇੰਪਲੀਮੈਂਟ ਨੇ, ਉਹ ਹਰੇਕ ਫਾਰਮਰ ਬੋਰੋ ਨਹੀਂ ਕਰ ਸਕਦਾ, ਹਰੇਕ ਫਾਰਮਰ ਨਹੀਂ ਲੈ ਸਕਦਾ, ਅਤੇ ਜੋ ਸਰਕਾਰ ਦੀਆਂ ਸਕੀਮਾਂ ਨੇ ਗਰੁੱਪਸ ਦੇ ਵਿੱਚ ਜਾਂ ਕਿਸੇ ਤਰੀਕੇ ਨਾਲ ਸੁਸਾਇਟੀ ਦੇ ਰੂਪ ਵਿੱਚ ਸਾਨੂੰ ਇੰਪਲੀਮੈਂਟ ਲਿਆ ਕੇ ਅਤੇ ਆਪਦਾ ਜਿਹੜਾ ਹੈਗਾ ਵੀ ਜਿਹੜੀ ਸਾਡੇ ਖੇਤੀ ਪ੍ਰਬੰਧਨ ਨੇ ਜਾਂ ਸਾਡੇ ਪਰਾਲੀ ਪ੍ਰਬੰਧਨ ਨੇ ਉਹ ਕਰਨੇ ਚਾਹੀਦੇ ਨੇ, ਅਤੇ ਬਿਲਕੁਲ ਸਾਡਾ ਪੰਜਾਬ ਵਾਤਾਵਰਨ ਜਿਹੜਾ ਹੈਗਾ ਉਹ ਸਾਨੂੰ ਬਿਲਕੁਲ ਜਿਹੜਾ ਇਹਦੇ ਤੋਂ ਧੂੰਏ ਤੋਂ ਮੁਕਤ ਕਰਨਾ ਚਾਹੀਦਾ। ਅਤੇ NGT ਦੇ ਜਿਹੜੇ ਲਾਂਭੇ ਨੇ, ਦੇਖੋ ਕਈ ਵਾਰ ਆਫਿਸਰ ਦੇ ਕੋਰਟ ਅੱਗੇ ਪ੍ਰੋਬਲਮ ਕ੍ਰੀਏਟ ਹੋ ਜਾਂਦੀ ਹੈ ਵੀ ਜੋ NGT ਨੇ ਕਹਿ ਤਾ ਵੀ ਤੁਸੀਂ ਧੂੰਆਂ ਕੰਟਰੋਲ ਕਰੋ, ਨਜਾਇਜ਼ ਉੱਥੇ ਆਪਦੇ ਨੰਬਰ ਦਿਖਾਉਣ ਲਈ ਵੀ ਅਸੀਂ ਐਫਰਟਸ ਕਰ ਰਹੇ ਹਾਂ, ਤਾਂ ਕਈ ਵਾਰੀ ਇਹ ਹਾਲਾਤਾਂ ਨੂੰ ਕੰਟਰੋਲ ਕਰਨ ਵਾਸਤੇ ਇਹੋ ਜਿਹਾ ਕੁਛ ਸਰਕਾਰਾਂ ਨੂੰ ਕਰਨਾ ਪੈਂਦਾ, ਪਰ ਇਹ ਸਾਂਝੀ ਸਰਕਾਰਾਂ, ਮੈਂ ਹਮੇਸ਼ਾ ਸੁਣਿਆ ਵੀ ਭਗਵੰਤ ਮਾਨ ਜੀ ਜਿਹੜੇ ਹੈਗੇ ਨੇ ਉਹ ਜ਼ਿੰਮੀਦਾਰ ਪਰਿਵਾਰ 'ਚੋਂ ਨੇ ਅਤੇ ਇੱਕ ਆਮ ਪੇਂਡੂ ਖੇਤਰ ਤੋਂ ਉਹ ਸਾਰੀਆਂ ਸਮੱਸਿਆਵਾਂ ਨੂੰ ਭਲੀ ਭਾਂਤੀ ਜਾਣਦੇ ਨੇ, ਅਤੇ ਮੈਨੂੰ ਉਮੀਦ ਹੈ ਵੀ ਇਹ ਸਰਕਾਰ ਜਿਹੜੇ ਚੰਗੀ ਸੋਚ ਨਾਲ ਆਈ ਸੀ, ਇੱਕ ਚੰਗਾ ਐਫਰਟਸ ਕਰਕੇ ਉਹ ਆਪਣਾ ਜਿਹੜਾ ਹੈਗਾ ਵੀ ਉਹ, ਅਤੇ ਇੱਕ ਸਾਰਿਆਂ ਨਾਲੋਂ ਵੱਡੀ ਗੱਲ ਵੀ ਜਿਹੜੇ ਸਾਡੇ ਪੰਜਾਬ ਦੇ ਖੇਤੀਬਾੜੀ ਮੰਤਰੀ ਨੇ ਸਰਦਾਰ ਗੁਰਮੀਤ ਸਿੰਘ ਖੁੱਡੀਆਂ, ਉਹ ਆਪ ਖੇਤੀ ਕਰਦੇ, ਅੱਜ ਵੀ ਖੇਤੀ ਕਰਦੇ ਆ, ਅਤੇ ਇਸ ਕਰਕੇ ਉਹਨਾਂ ਤੋਂ ਕੁਛ ਗੱਲ ਲੁਕੀ ਨਹੀਂ, ਅਤੇ ਮੇਰੇ ਖਿਆਲ ਉਸ ਤੋਂ ਬੈਸਟ ਜਿਹੜੀ ਹੈਗੀ ਹੈ ਚੀਜ਼ ਪੰਜਾਬ ਦੇ ਲੋਕਾਂ ਨੂੰ ਹੋਰ ਕੋਈ ਬੰਦਾ ਦੇ ਨਹੀਂ ਸਕਦਾ। ਫਸਲੀ ਵਿਭਿੰਨਤਾ ਨੂੰ ਕਿਵੇਂ ਦੇਖਦੇ ਹੋ, ਕਿਉਂਕਿ ਨਰਮੇ ਦੇ ਹਾਲਾਤ ਤੁਸੀਂ ਦੇਖ ਸਕਦੇ ਹੋ, ਝੋਨੇ ਤੋਂ ਆਪਾਂ ਬਦਲ ਦੀ ਕਦੋਂ ਗੱਲ ਕਰਦੇ ਹਾਂ, ਨਰਮੇ ਦੇ ਹਾਲਾਤ ਇਹ ਹੋਏ ਪਏ ਆ, ਕਿੰਨੂ ਦੇ ਰੇਟ ਨਹੀਂ ਮਿਲ ਰਹੇ, ਇਹ ਕਿਸਾਨਾਂ ਦਾ ਇੱਥੋਂ ਤੱਕ ਕਹਿਣਾ ਹੋ ਜਾਂਦਾ ਵੀ ਕਿੰਨੂ ਮੰਡੀ ਆ ਜਿਹੜੀ ਇਹ ਬੰਦ ਹੋਣੀ ਚਾਹੀਦੀ ਆ, ਤਾਂ ਫਸਲੀ ਵਿਭਿੰਨਤਾ ਜਿਹੜੀ ਉਹ ਕਿਵੇਂ ਮਜ਼ਬੂਤ ਹੋ ਸਕਦੀ? ਦੇਖੋ ਤੁਸੀਂ ਡਿਵਰਸੀਫਿਕੇਸ਼ਨ ਦੀ ਗੱਲ ਕਰਦੇ ਹੋ, ਅਸੀਂ ਸਾਡਾ ਜਿਹੜਾ ਏਰੀਆ ਸੀਗਾ ਹਮੇਸ਼ਾ ਕੋਟਨ ਦੇ ਨਾਮ ਤੋਂ ਜਾਣਿਆ ਜਾਂਦਾ ਸੀਗਾ, ਕੋਟਨ ਤੋਂ ਅਸੀਂ ਕਿੰਨੂ 'ਚ ਆਏ, ਸਾਨੂੰ ਕਿੰਨੂ 'ਚ ਅੱਜ ਅਸੀਂ ਪੰਜਾਬ ਨੂੰ 33,000 ਹੈਕਟੇਅਰ ਦੇ ਰੂਪ ਵਿੱਚ ਕਿੰਨੂ ਪੈਦਾ ਕਰਕੇ ਦਿੱਤਾ ਸਾਡੇ ਇਲਾਕੇ ਨੇ, ਪਰ ਅੱਜ ਰੇਟ ਨਾ ਮਿਲਣ ਕਰਕੇ ਕਿਸਾਨ ਨਿਰਾਸ਼ ਨੇ। ਡਿਵਰਸੀਫਿਕੇਸ਼ਨ ਦੇ ਨਾਲ ਸਾਨੂੰ ਜਿਹੜੀਆਂ ਹੈਗੀਆਂ MSP ਦੇ ਰੂਪ, ਚਾਹੇ ਉਹ ਦਾਲਾਂ ਹੋਣ, ਚਾਹੇ ਬੀਨਸ ਹੋਣ, ਚਾਹੇ ਉਹ ਛੋਲੇ ਹੋਣ, ਚਾਹੇ ਸਰੋਂ ਹੋਵੇ, ਕੁਛ ਵੀ ਹੋਵੇ, ਜੇਕਰ ਸਰਕਾਰ ਸਾਨੂੰ ਡਿਵਰਸੀਫਿਕੇਸ਼ਨ ਵੱਲ ਲਿਜਾਉਣਾ ਚਾਹੁੰਦੀ ਹੈ ਤਾਂ ਉਹਦੇ ਖਰੀਦ ਦੇ ਪ੍ਰਬੰਧ ਵੀ ਜਿਹੜੇ ਹੈਗੇ ਆ ਸਰਕਾਰ ਨੂੰ ਕਰਨੇ ਚਾਹੀਦੇ ਆ ਵੀ ਤਾਂ ਕਿ ਅਸੀਂ ਉਹ ਉਸ ਚੀਜ਼ ਨੂੰ ਮੋਲਡ ਹੋ ਸਕੀਏ, ਵੀ ਕਿਉਂਕਿ ਕਿਸਾਨ ਨੂੰ ਪਤਾ ਵੀ ਸਿਰਫ ਝੋਨੇ 'ਤੇ MSP ਮਿਲਦੀ ਹੈ, ਜੇ ਸਾਨੂੰ ਝੋਨੇ 'ਚ ਕਣਕ 'ਤੇ MSP ਮਿਲਦੀ ਹੈ ਤਾਂ ਕਿਸਾਨ ਹਮੇਸ਼ਾ ਰੋਜ਼ੀ ਰੋਟੀ ਲਈ, ਕਿਉਂਕਿ ਖਰਚੇ ਅੱਜ ਦੀ ਡੇਟ 'ਚ ਬਹੁਤ ਵੱਧ ਚੁੱਕੇ ਆ, ਬੱਚੇ ਪੜ੍ਹਾਉਣੇ ਆ, ਵਿਆਹ ਸ਼ਾਦੀਆਂ ਕਰਨੀਆਂ, ਆਮ ਲੋਕਾਂ ਦੀਆਂ ਜਿਹੜੀਆਂ ਦੁਨਿਆਵੀ ਲੋੜਾਂ ਨੇ ਉਹਨਾਂ ਸਾਰੀਆਂ ਚੀਜ਼ਾਂ ਨੂੰ ਪੂਰਾ ਕਰਨ ਵਾਸਤੇ ਪੈਸੇ ਲੋੜ ਹੁੰਦੀ ਹੈ। ਜੇ ਸਰਕਾਰਾਂ ਕਿਸੇ ਚੀਜ਼ ਨੂੰ ਲੈ ਕੇ ਕਿਸੇ ਵੀ ਚੀਜ਼ 'ਤੇ MSP ਦੇਣ, ਤਾਂ ਮੇਰੇ ਖਿਆਲ ਕਿਸਾਨ ਨੂੰ ਕੋਈ ਸਮੱਸਿਆ ਨਹੀਂ ਹੋਣੀ ਡਿਵਰਸੀਫਿਕੇਸ਼ਨ ਵੱਲ ਜਾਣ ਵਾਲੀ। ਆ ਕੈਪਟਨ ਅਮਰਿੰਦਰ ਸਿੰਘ 2002 ਤੋਂ ਲੱਗੇ ਸੀ ਡਿਵਰਸੀਫਿਕੇਸ਼ਨ, ਮੇਰੇ ਖਿਆਲ ਉਹਨਾਂ ਨੇ ਇੱਕ ਅੱਖਰ ਕਿਸੇ ਤੋਂ ਸਿੱਖ ਲਿਆ ਵੀ ਡਿਵਰਸੀਫਿਕੇਸ਼ਨ ਹੁੰਦਾ, ਪਰ ਅੱਜ ਤੱਕ ਦੋ ਸਰਕਾਰਾਂ
जब पिछले सरकार टप गया डिवर्सीफिकेशन के नाम से सिर्फ डिवर्सीफिकेशन वर्ड ही यूज किया गया पर किसानों उस वाल मोड़िया नहीं गया फसली विभिन्नता नहीं लिया गई यतन नहीं होगा देखो सिर्फ तो सिर्फ स्टेटमेंटा रही उस चीज असल अमली जामा बनाने एम एस पी के रूप के कोई जी फसली विभिन्नता लिया कोई लंबी चाराजोई नहीं की गई वह जो बिल्कुल प्रमाण ने अब तुम देखो टमाटर रोल रहे हैं प्याज जोड़ा है 100 रुपये किलो तो उपर लोग लैन में मजबूर हो रहे हैं लोग कितों खाण कंट्रोल किसी भी चीज़ का नहीं किनू अज सा सड़कों पर रोल रहा मैं सड़कों पर रोलन की गल ही करूँगा भी सानू जिहड़े रेट से किनू अज मंडी विक रहा साढ़े खर्चे भी पूरे नहीं हो रहे असी सुसायटियां के पैसे तारने असी बैंकों के पैसे तारने असी आढ़ती पैसे तारने होर घर मुख लोड़ा ने इन सारिया चीज़ों देखते हुए मैनू नहीं लगता भी अज किसानी जी हैगी है वो भी एक चंगे तरीके फायदे का सौदा रह गई है भावें असी एक पढ़े लिखे परिवारों चो आ के किसानी अडोप्ट किया भी असी अगे ले जा सकते हैं पर जिहड़ियां पॉलिसीज ने सरकार दियां उन्होंने सानू बिल्कुल निराशा पैदा की आ साडे प्रधान जी ने बिल्कुल आ प्रधान जी हमेशा सानू मार्केटिंग दे गुर सिखाउंदे आ इन्हां दे घरे साडे मानयोग हॉर्टीकल्चर मिनिस्टर चेतन सिंह जोड़ा माजरा साहब भी हो के गए सीगे तो इन्होंने एक बहुत वड्डी गल कही सी इन्होंने एक बहुत वड्डी गल कही सी भी साडा दुबई दे विच किन्नू पैदा हो सकता है दुबई के असी सू मार्केटिंग के राह दस दौ प्रधान जी कहते मैं सारा ही मोर लाके का किनू वेच दूंगा मैं तुम जिम्मेवार ला लो पैसे लोगों के लिया ये प्रधान जी की बहुत वड्डी हल्लाशेरी शाबाशी या तजर्बा ला लो फिर मेरे वालों मंग रखी गई सी अज भी मैं साढ़े जितों तक मेरी सोच काम करती सी जां मेरे को MP जिहड़े साढ़े पंजाब तो गए है संदीप पाठक जी उन्होंने बेनती की है एक मैसेज वट्सएप करके भी अबोर तो स्पैशल ट्रेन चलाई जाए इस वैसट लिए वैस्टली ट्रेन बोगियां क्योंकि 11,000 हैक्टेयर राजस्थान किनू पैदा करता है उत्थों ट्रेन चलती है पर साडा 33 तो 35 हज़ार हैक्टेयर है पर साडे हजे तक लीडर ने कोई ट्रेन चलाउण दी लंबी चौड़ी चारा जो ही नहीं कितें सिर्फ चिट्ठियां लिखिया गई हैं जे अज दी दौर दे विच भी जे ट्रेन चलती है तो मैं दावे नाल कह सकदा भी जिहड़ा साडा स्लम है जां साडा किनू माड़ा विक रहा उहदे रेट अप होने के चांसिस ने मैं बिल्कुल प्रधान जी कोई गलत तो नहीं कह रहा भी ट्रेन मेरे ख्याल जिम्मेदारों नूं साडा फायदा पैदा करेगा अमनदीप सिंह बब्बू धारीवाल धारीवाल साहब एक जिहड़ी मंडीकरण की आपां गल कीती है कि किनू किसान पैदा भी कर लैंदा मंडी तक इत्थे लै भी आउंदा पर फिर उह कहिंदा भी रेट है जिहड़ा नहीं मिलदा इत्थे जिवें व्यापारियों की डिमांड हैगी 5 गड्डी की आ जांदियां 15 फिर उहदे विच मनपली बन जाती है कि रेट कंट्रोल करके चलणगे ना भी जो चीज़ पई है बल्क च इस करके है ये कोई दिक्कत नहीं मैं मंत्री साहब भी आए सी कि मेरा फार्म विजिट किया जिवें इंदरजीत जी ने दस्या मैं गरंटी करदा भी गौरमेंट सिर्फ जिमीदारां दी पेमेंट प्रोक्योरिटी की गरंटी लै ले सारे हबोर दा किन्नू सेल कर दूंगा और इस मंडी नालों 4 रुपये किलो मगर वध सिर्फ पेमेंट प्रोक्योरिटी चाहुंदे आ गौरमेंट तो बिल्कुल सुखजिंदर जी जिवें तुसीं भी सीगे आपां किसान जथेबंदियां इत्थे बैठे सी जिहड़ी अफसर साहिबान नाल मीटिंग भी होई सी आड़तियां नाल कि बोली 50 पैसे चलूगी इहदा 10-10 पैसे फिर चलदी है रोज़ तुसीं भी देखदे हो मैं भी देखदा 14 रुपये तो घट रंगीन नहीं होना मिनीमम तो कोई भा ही नहीं है भी उस गल ते कोई स्टैंड नहीं है भी रेट फिक्स ਹੁਣ ਮੰਡੀ ਦੇ ਵਿੱਚ ਆਏ ਹੋ ਜਿਵੇਂ ਅੱਜ ਵੀ ਰੇਟ ਮੰਦਾ ਰਿਹਾ ਹੈਗਾ ਤਾਂ ਕਿਸਾਨਾਂ 'ਚ ਕਿਤੇ ਨਾ ਕਿਤੇ ਇਸ ਗੱਲ ਦੀ ਨਿਰਾਸ਼ਾ ਹੈਗੀ ਹੈ ਵੀ ਅਸੀਂ ਮਤਲਬ ਝੋਨਾ ਨਹੀਂ ਪਾਣੀ ਦੀ ਬਰਬਾਦੀ ਨਹੀਂ ਕਰਦੇ ਨਰਮਾ ਸਾਡੇ ਹੁੰਦਾ ਉਹ ਐਤਕੀ ਹੋਇਆ ਨਹੀਂ ਜਾਂ 2-3 ਸਾਲਾਂ ਤੋਂ ਨਹੀਂ ਹੋ ਰਿਹਾ ਤਾਂ ਫਸਲੀ ਵਿਭਿੰਨਤਾ 'ਚ ਕਿੰਨੂ ਵੱਲ ਕਿਸਾਨ ਮੁੜਦੇ ਤਾਂ ਉੱਥੇ ਫਿਰ ਅੱਜ ਫਿਰ ਵੀ ਉਹ ਨਿਰਾਸ਼ ਹੈ ਵੀ ਉਹਨਾਂ ਨੂੰ ਜਿਹੜਾ ਰੇਟ ਨਹੀਂ ਮਿਲਦਾ ਨਿਰਾਸ਼ਾ ਦਾ ਕਾਰਨ ਸੁਖਜਿੰਦਰ ਜੀ ਇਹ ਫਸਲ ਪੱਕ ਕੇ ਤਿਆਰ ਹੈ ਮੰਡੀ 'ਚ ਆ ਗਈ ਉਦੋਂ ਅਸੀਂ ਸੋਚਦੇ ਹਾਂ ਵੀ ਸਾਡਾ ਇਹਦਾ ਹੱਲ ਕਰੋ ਇਹਦੇ ਆਪਣੇ ਕੋਲ 11 ਮਹੀਨੇ ਹੁੰਦੇ ਆ ਪਹਿਲਾਂ ਉਦੋਂ ਜਦੋਂ ਇੱਥੇ ਮੰਡੀ ਹੱਲੇ ਸ਼ੁਰੂ ਹੋਈ ਨਹੀਂ ਸੀ ਉਦੋਂ ਸਾਰਿਆਂ ਨੂੰ ਕਾਲ ਕੀਤੀ ਸੀ ਹੱਥ ਜੋੜ ਕੇ ਬੇਨਤੀ ਵੀ ਕੀਤੀ ਤੁਸੀਂ ਦੇਖਦੇ 200 ਤੋਂ ਬਾਅਦ ਇੱਥੇ ਜ਼ਿਮੀਦਾਰ ਨਹੀਂ ਆਇਆ ਇਹੀ ਜੇ ਸਾਰੇ ਆਏ ਹੁੰਦੇ ਕੋਈ ਬੈਠ ਕੇ ਆਪਸ ਦੇ ਵਿੱਚ ਗੱਲ ਕਰਦੇ ਕਿ ਵੀ ਆਪਾਂ ਕੀ ਸੈਟਿੰਗ ਕਰੀਏ ਕੋਈ ਜ਼ੋਨ ਵਾਈਜ਼ ਪਿੰਡਾਂ ਨੂੰ ਵੰਡ ਲੈਂਦੇ ਵੀ 6 ਦਿਨ ਮੰਡੀ ਹੁੰਦੀ ਹੈ ਅਤੇ ਮੰਡੀ ਆ ਵੀ ਉਹਨਾਂ ਜਿੰਨੀ ਮੰਡੀ ਦੀ ਡਿਮਾਂਡ ਹੈ
ਵੀ ਉਵੇਂ ਕੋਈ ਪੂਲ ਸਿਸਟਮ ਕਰਕੇ ਜਿਹੜਾ ਰੇਟ ਸਹੀ ਮਿਲ ਜੇ ਜੇ ਮੰਡੀ 'ਚ ਵਪਾਰੀਆਂ ਦਾ ਪੂਲ ਹੋ ਸਕਦਾ ਕਿਸਾਨਾਂ ਦਾ ਹੋ ਸਕਦਾ ਪਰ ਕਿਸਾਨਾਂ ਨੂੰ ਉਦੋਂ ਰਿਕੁਐਸਟ ਕਰੀ ਗਏ ਚਾਰ ਦਿਨ ਬੈਠੇ ਰਹੇ ਕੋਈ ਕਿਸਾਨ ਆਏ ਨਹੀਂ ਸਾਰਿਆਂ ਦਾ ਏਕਾ ਜ਼ਰੂਰੀ ਹੈ ਉਹ ਕਿਸਾਨਾਂ ਦਾ ਹੈ ਨਹੀਂ ਉਹਦੇ ਕਰਕੇ ਲੁੱਟ ਹੋ ਰਹੀ ਹੈ ਅੱਜ ਵੀ ਇੱਕ ਹੋ ਜਾਣ ਤਾਂ ਸਾਰਾ ਕੁਝ ਸੈੱਟ ਹੋ ਸਕਦਾ ਠੀਕ ਹੈ ਬਾਈ ਥੈਂਕ ਯੂ ਜੀ ਤਾਂ ਇਹ ਮਨਦੀਪ ਸਿੰਘ ਬੱਬੂ ਧਾਲੀਵਾਲ ਬੜੀ ਵਧੀਆ ਗੱਲ ਕੀਤੀ ਹੈ ਬਾਈ ਨੇ ਵੀ ਜੇ ਤੁਸੀਂ ਇਹ ਕਹਿ ਦਿੰਦੇ ਹੋ ਵੀ ਮਨੋਪਲੀ ਵਪਾਰੀਆਂ ਦੀ ਹੈ ਤਾਂ ਕਿਸਾਨਾਂ ਦੀ ਮਨੋਪਲੀ ਜਾਂ ਕਿਸਾਨਾਂ ਦਾ ਏਕਾ ਕਿਉਂ ਨਹੀਂ ਹੋ ਸਕਦਾ ਜੇ ਕਿਸਾਨਾਂ ਦਾ ਏਕਾ ਹੋ ਜਾਵੇ ਤਾਂ ਮਾਲ ਜਿਵੇਂ ਬਾਈ ਨੇ ਬੜੀ ਵਧੀਆ ਗੱਲ ਕੀਤੀ ਹੈ ਵੀ ਜਿੰਨਾ ਵਪਾਰੀਆਂ ਨੂੰ ਚਾਹੀਦਾ ਜੇਕਰ ਉਹਨਾਂ ਹੀ ਮਾਲ ਮੰਡੀ ਦੇ ਵਿੱਚ ਆਵੇ ਤਾਂ ਉਹਦਾ ਜਿਹੜਾ ਭਾਅ ਕਿਸਾਨਾਂ ਨੂੰ ਪੂਰਾ ਮਿਲ ਸਕਦਾ ਪਰ ਜੇਕਰ ਆਪਾਂ ਇਸ ਗੱਲ 'ਚ ਵੀ ਮੈਂ ਵੀ ਲੈ ਜਾਂ ਤਾਂ ਉਹ ਜਿਹੜਾ ਰੇਟ ਕਿਤੇ ਨਾ ਕਿਤੇ ਕਿਸਾਨਾਂ ਨੂੰ ਏਕਾ ਵਿਖਾਉਣਾ ਬਹੁਤ ਜ਼ਰੂਰੀ ਹੈ ਰੇਟ ਤਾਂ ਹੀ ਘੱਟ ਮਿਲ ਰਿਹਾ ਬੜੀ ਵਧੇ ਆ ਸੁਝਾਅ ਵੀ ਦਿੱਤੇ ਆ ਮੰਡੀ ਕਰਨ ਦੀ ਵੀ ਜਿਹੜੀਆਂ ਗੱਲਾਂ ਕੀਤੀਆਂ ਵੀ ਜ਼ੋਨ ਵਾਈਜ਼ ਤਾਂ ਜਿਹੜਾ ਕਿਸਾਨਾਂ ਨੂੰ ਭਾਅ ਚੰਗੇ ਤਾਂ ਹੀ ਮਿਲ ਸਕਦੇ ਆ ਵੀਰੋ ਜੇਕਰ ਕਿਸਾਨ ਏਕਾ ਕਰੂਗਾ ਜਾਂ ਕਿਸਾਨ ਜਿਹੜਾ ਉਹ ਆਪਦੇ ਹੱਕਾਂ ਲਈ ਜਾਗੂਗਾ ਜੇਕਰ ਕਿਸਾਨਾਂ ਦੇ ਵਿੱਚ ਇਸ ਗੱਲ ਨੂੰ ਲੈ ਕੇ ਇਹ ਆਊਗਾ ਕਿ ਅਸੀਂ ਜਿਹੜਾ ਰੇਟ ਆ ਸਾਨੂੰ ਵੱਧ ਮਿਲਣਾ ਚਾਹੀਦਾ ਤਾਂ ਉਹ ਉਦੋਂ ਹੀ ਸੰਭਵ ਹੈ ਜਦੋਂ ਕਿਸਾਨ ਏਕਤਾ ਦਾ ਸਬੂਤ ਦੇਊਗਾ ਕਿਉਂਕਿ ਜੇ ਅਕਰ ਆਪਾਂ ਇਹ ਕਹਿ ਦਿੰਦੇ ਹਾਂ ਕਿ ਵਪਾਰੀਆਂ ਦੀ ਮਨੋਪਲੀ ਚੱਲ ਰਹੀ ਹੈ ਤਾਂ ਕੀ ਕਿਸਾਨਾਂ ਦੀ ਮਨੋਪਲੀ ਇਸ ਗੱਲ 'ਚ ਨਹੀਂ ਹੋ ਸਕਦੀ ਕਿ ਆਪਾਂ ਮਾਲ ਹੈ ਜਿਹੜਾ ਮੰਡੀ 'ਚ ਉਨਾ ਹੀ ਲੈ ਕੇ ਜਾਈਏ ਜਿੰਨਾ ਮਾਲ ਦੀ ਮੰਡੀ 'ਚ ਲੋੜ ਹੈ ਜੇਕਰ ਆਪਾਂ ਮਾਲ ਵੱਧ ਲਿਆਉਂਦੇ ਹਾਂ ਤਾਂ ਕਿਤੇ ਨਾ ਕਿਤੇ ਉਹਦੇ ਕਰਕੇ ਜਿਹੜਾ ਨੁਕਸਾਨ ਹੈ ਰੇਟ ਦਾ ਵੀ ਹੁੰਦਾ ਅਤੇ ਜਿਹੜੇ ਕਿਸਾਨ ਉਸ ਹਿਸਾਬ ਨਾਲ ਰੇਟ ਮੰਡੀ ਦੇ ਵਿੱਚ ਲਾਉਂਦੇ ਆ ਕਿਸਾਨਾਂ ਨੂੰ ਵਪਾਰੀ ਉਸ ਹਿਸਾਬ ਨਾਲ ਹੀ ਲੱਗਦੇ ਆ ਅਤੇ ਰੇਟ ਜਿਹੜਾ ਕਿਸਾਨਾਂ ਨੂੰ ਘੱਟ ਮਿਲਦਾ ਤਾਂ ਤੁਹਾਨੂੰ ਮੈਂ ਦੱਸਦਾ ਇੱਕ ਵਾਰੀ ਫਿਰ ਵੀ ਅੱਜ ਦੇ ਜਿਹੜੇ ਭਾਅ ਰਹੇ ਆ ਉਹ 6 ਰੁਪਏ ਤੋਂ ਲੈ ਕੇ 13 ਰੁਪਏ 14 ਰੁਪਏ ਤੱਕ ਕਿੰਨੂ ਰਿਹਾ ਮੰਡੀਆਂ ਦੇ ਵਿੱਚ ਅਬੋਹਰ ਕਿੰਨੂ ਮੰਡੀ ਦੇ ਵਿੱਚ ਮਾਲ ਹੈ ਜਿਹੜਾ ਲਗਾਤਾਰ ਆਮਦ ਆ ਰਹੀ ਹੈ ਅੰਕਲ ਗੁਰਲਾਲ ਦਾਨੇ ਵਾਲੀ ਆ ਜੁੜੇ ਆ ਉਹਨਾਂ ਦਾ ਧੰਨਵਾਦ ਜਗਜੀਤ ਸਿੰਘ ਧਾਲੀਵਾਲ ਵੀਰ ਜਿੰਨੇ ਵੀ ਵੀਰ ਜੁੜੇ ਆ ਸਾਰੇ ਵੀਰ ਸਤਿਕਾਰਯੋਗ ਹੈ ਸਾਰਿਆਂ ਦਾ ਧੰਨਵਾਦ ਹੈ ਵੀਡੀਓ ਨੂੰ ਦੋਸਤੋ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ ਤਾਂ ਜੋ ਜ਼ਿਆਦਾ ਤੋਂ ਜ਼ਿਆਦਾ ਵੀਰਾਂ ਤੱਕ ਜਿਹੜੀ ਆਪਣੀ ਜਾਣਕਾਰੀ ਹੈ ਉਹ ਪਹੁੰਚ ਸਕੇ ਤਾਂ ਲਾਈਵ ਤੁਹਾਨੂੰ ਦਿਖਾ ਰਹੇ ਹਾਂ ਅਬੋਹਰ ਕਿੰਨੂ ਮੰਡੀ ਦਾ ਵੇਖਿਆ ਆਹ ਵਿਕਿਆ ਮਾਲ ਆਹ ਤੁਸੀਂ ਦੇਖ ਸਕਦੇ ਹੋ ਵੀ ਰੰਗੀਨ ਮਾਲ ਹੈ ਬਿਲਕੁਲ ਵਧੀਆ ਪਰ ਹਾਲੇ ਤੱਕ ਜਿਹੜਾ ਮੰਡੀ ਦੇ ਵਿੱਚ ਵਿਕਿਆ ਨਹੀਂ ਕਾਲਾ ਸੰਧੂ ਜਗਦੀਸ਼ ਕੁਮਾਰ ਧੰਨਵਾਦ ਬਾਈ ਜੀ ਕਿਉਂਕਿ ਮੰਡੀ ਦੇ ਵਿੱਚ ਜਿਵੇਂ ਕਹਿ ਦਿੰਦੇ ਆ ਕਿ ਰੇਟ ਘੱਟ ਮਿਲਦਾ ਹੈ ਉਹਦਾ ਮਿਲਣ ਦਾ ਕਾਰਨ ਇਹ ਹੁੰਦਾ ਕਿ ਮਾਲ ਜ਼ਿਆਦਾ ਆ ਜਾਂਦਾ ਅਤੇ ਜਿਹੜਾ ਰੇਟ ਹੈ ਉਹ ਵਪਾਰੀਆਂ ਵੱਲੋਂ ਘੱਟ ਲਾਇਆ ਜਾਂਦਾ ਇੱਕ ਜਿਹੜੀ ਲੇਟ ਤੱਕ ਬੋਲੀ ਚੱਲਣ ਦੇ ਕਾਰਨ ਉਦੋਂ ਵੀ ਕਿਤੇ ਨਾ ਕਿਤੇ ਕਿਸਾਨਾਂ ਨੂੰ ਨੁਕਸਾਨ ਆ ਜਿਹੜਾ ਉਹ ਮੰਡੀ 'ਚ ਹੁੰਦਾ ਤਾਂ ਵੀਡੀਓ ਨੂੰ ਦੋਸਤੋ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਉ ਤਾਂ ਜੋ ਜ਼ਿਆਦਾ ਤੋਂ ਜ਼ਿਆਦਾ ਕਿਸਾਨਾਂ ਤੱਕ ਜਿਹੜੀ ਆਪਣੀ ਜਾਣਕਾਰੀ ਹੈ ਉਹ ਪਹੁੰਚ ਸਕੇ ਮਾਲ ਤੁਸੀਂ ਦੇਖ ਸਕਦੇ ਹੋ ਹਰਾ ਮਾਲ ਵੀ ਹੈ ਸਾਰੇ ਤਰ੍ਹਾਂ ਦਾ ਮਾਲ ਮੰਡੀ ਦੇ ਵਿੱਚ ਆਇਆ ਹੋਇਆ ਇੱਧਰ ਕੈਂਟਰ ਭਰੇ ਜਾ ਰਹੇ ਹੈ ਇੱਧਰ ਪੈਕਿੰਗ ਕੀਤੀ ਜਾ ਰਹੀ ਹੈ ਪੰਜਾਬ ਤੋਂ ਇਲਾਵਾ ਪੰਜਾਬ ਦੀਆਂ ਮੰਡੀਆਂ ਤੋਂ ਇਲਾਵਾ ਹਰਿਆਣਾ ਹਿਮਾਚਲ ਗੁਜਰਾਤ ਰਾਜਸਥਾਨ ਦਿੱਲੀ ਦੀਆਂ ਮੰਡੀਆਂ ਦੇ ਵਿੱਚ ਪੰਜਾਬ ਦਾ ਜਿਹੜਾ ਕਿੰਨੂ ਹੈ ਉਹ ਜਾਂਦਾ ਅਤੇ ਕਿੰਨੂ ਦੀ ਜਿਹੜੀ ਆਮਦ ਹੈ ਉਹ ਲਗਾਤਾਰ ਜਾਰੀ ਹੈ ਤੁਸੀਂ ਦੇਖ ਰਹੇ ਹੋ ਅਬੋਹਰ ਕਿੰਨੂ ਮੰਡੀ ਤੋਂ ਲਾਈਵ ਜਿਹੜੇ ਵੀਰ ਜੁੜੇ ਹੈ ਉਹਨਾਂ ਨੂੰ ਇੱਕੋ ਬੇਨਤੀ ਹੈ ਕਿ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਉ ਤਾਂ ਜੋ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਤੱਕ ਆਪਣੀ ਜਿਹੜੀ ਜਾਣਕਾਰੀ ਹੈ ਉਹ ਪਹੁੰਚ ਸਕੇ ਤਾਂ ਕੱਲ੍ਹ ਤੋਂ ਕਿਸਾਨ ਜਥੇਬੰਦੀਆਂ ਦੇ ਜਿਹੜੇ ਆਗੂ ਹੈ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਉਹਨਾਂ ਵੱਲੋਂ ਜਿਹੜਾ ਮਰਨ ਵਰਤਾਓ ਸ਼ੁਰੂ ਕੀਤਾ ਜਾ ਰਿਹਾ ਕਿਸਾਨ ਹਿੱਤਾਂ ਦੇ ਵਿੱਚ ਨਰਮਾ ਮੰਡੀ ਨੂੰ ਲੈ ਕੇ ਅਤੇ ਹੋਰ ਕਿਸਾਨੀ ਮਸਲਿਆਂ ਨੂੰ ਲੈ ਕੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨ ਦੀ ਜ਼ਿੰਮੇਵਾਰੀ ਆ ਵੀਰੋ ਤੁਹਾਡੀ ਸ਼ੇਅਰ ਜ਼ਰੂਰ ਕਰੋ ਜਿਹੜੇ ਵੀ ਵੀਰ ਜੁੜਦੇ ਆ ਉਹਨਾਂ ਸਾਰੇ ਵੀਰਾਂ ਦਾ ਧੰਨਵਾਦ ਕਰਦੇ ਹਾਂ ਕਿ ਤੁਸੀਂ ਸਾਨੂੰ ਜਿਹੜੀ ਇੰਨੀ ਸਪੋਰਟ ਕਰਦੇ ਹੋ ਸਾਡੇ ਵੀਡੀਓ ਵੇਖਦੇ ਹੋ ਵੀਡੀਓ ਨੂੰ ਸ਼ੇਅਰ ਕਰਦੇ ਹੋ ਤਾਂ ਮੰਡੀ ਦੇ ਵਿੱਚ ਲਗਾਤਾਰ ਜਿਹੜੀ ਆ ਦੇਖ ਲਓ ਬਾਹਰਲੀਆਂ ਮੰਡੀਆਂ ਵਿੱਚ ਮਾਲ ਜਾਣ ਲਈ ਟਰੱਕ ਆ ਜਿਹੜੇ ਕੈਂਟਰ ਹੈ ਉਹ ਭਰੇ ਜਾ ਰਹੇ ਆ ਤਾਂ ਅਬੋਹਰ ਕਿੰਨੂ ਮੰਡੀ ਦੇ ਵਿੱਚ ਤੁਹਾਨੂੰ ਲਾਈਵ ਆ ਜਿਹੜਾ ਕੀ ਰੇਟ ਵਿਕਿਆ ਹਰਾ ਪੂਰਾ ਹਾਲ ਹੈ ਜੀ ਵਿਕਿਆ ਕਿ ਨਹੀਂ 6 ਰੁਪਏ ਵਿਕਿਆ 6 ਰੁਪਏ ਵਿਕਿਆ ਬਾਈ ਮਸਾਂ ਕਹਿੰਦੇ ਮਿੰਟਾਂ ਮੁੰਟਾਂ ਕਰਕੇ ਵੇਚਿਆ ਵੀ ਲੈ ਲਓ ਭਰਾਵੋ ਹਰਾ ਕਿੰਨੂ ਆ ਕਿਹੜੇ ਪਿੰਡ ਦਾ ਇਹ ਤਾਂ ਕੰਧਾਲੀ ਦਾ ਕੰਧਾਲੇ ਦਾ ਆ ਕੀ ਰੇਟ ਵਿਕਿਆ 7 ਕਿਹੜਾ ਆਹਾਂ 7 8 ਰੁਪਏ ਵਿਕਿਆ ਜੀ 8 ਰੁਪਏ ਆਹ 8 ਰੁਪਏ ਵਿਕਿਆ ਬਾਈ ਤੇ ਆਹਾਂ ਉਹ 11 ਰੁਪਏ ਪਿਆ ਜੀ ਵੀ 11 ਰੁਪਏ 11 ਰੁਪਏ ਵਿਕਿਆ ਮੈਂ 11 ਰੁਪਏ ਆਹ 11 ਰੁਪਏ ਵਿਕਿਆ ਬਾਈ ਤਾਂ ਅੱਜ ਮੁੰਡਾ ਮੰਡੀ ਦੇ ਵਿੱਚ 10 ਰੁਪਏ ਸੇ 12 ਰੁਪਏ ਜੋ ਪਰ ਮਾਲ ਨਹੀਂ ਵਿਕ ਰਿਹਾ ਮੰਡੀ ਮੇਂ ਮੰਡੀ ਦੇ 10 ਰੁਪਏ ਹਰਾ ਮਾਲ ਬਿਲਕੁਲ ਨਹੀਂ ਵਿਕਤਾ ਹੈ
ਮਾਲ ਨਹੀਂ ਵਿਕ ਰਿਹਾ ਬਾਈ ਕਹਿੰਦਾ ਜਿਹੜਾ ਤਾਂ ਲਾਈਵ ਤੁਸੀਂ ਤੁਹਾਨੂੰ ਦਿਖਾ ਰਹੇ ਹਾਂ ਹੋਰ ਕਿੰਨੂ ਮੰਡੀ ਤੋਂ ਵੀਰੋ ਜਿਹੜੇ ਜਿਹੜੇ ਵੀਰ ਜੁੜੇ ਆ ਸਾਰੇ ਵੀਰਾਂ ਦਾ ਧੰਨਵਾਦ ਕਰਦੇ ਹਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਉ ਤਾਂ ਜੋ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਤੱਕ ਜਿਹੜੀ ਜਾਣਕਾਰੀ ਹੈ ਉਹ ਪਹੁੰਚ ਸਕੇ ਤਾਂ ਰੇਟ ਇੱਕ ਵਾਰੀ ਫਿਰ ਦੱਸਦਾ 6 ਰੁਪਏ ਤੋਂ ਲੈ ਕੇ 13 ਰੁਪਏ ਤੱਕ ਹੋਰ ਕਿੰਨੂ ਮੰਡੀ ਦੇ ਵਿੱਚ ਕਿੰਨੂ ਆ ਜਿਹੜਾ ਅੱਜ ਵਿਕਿਆ ਲਾਈਵ ਜੁੜੇ ਹੋਏ ਹੋ ਤੁਸੀਂ ਤਾਂ ਬੜੇ ਐਡਵੋਕੇਟ ਇੰਦਰਜੀਤ ਸਿੰਘ ਬਜਾਜ ਸੁਖਜਿੰਦਰ ਸਿੰਘ ਰਾਜਨ ਅਤੇ ਐਡਵੋਕੇਟ ਅਮਨਦੀਪ ਸਿੰਘ ਧਾਲੀਵਾਲ ਉਹਨਾਂ ਨਾਲ ਤੁਹਾਡੀ ਗੱਲਬਾਤ ਵੀ ਕਰਾਈ ਹੈ ਅਤੇ ਉਹਨਾਂ ਨੇ ਆਪਦੇ ਤਜਰਬੇ ਵੀ ਸਾਂਝੇ ਕੀਤੇ ਆ ਤਾਂ ਪਿਛਲੇ ਦਿਨੀ ਐਡਵੋਕੇਟ ਇੰਦਰਜੀਤ ਸਿੰਘ ਬਜਾਜ ਵੱਲੋਂ ਜਿਹੜਾ ਕਿਸਾਨ ਜਥੇਬੰਦੀਆਂ ਦੇ ਨਾਲ ਮੁਲਾਕਾਤ ਵੀ ਜਿਹੜੀ ਕੀਤੀ ਗਈ ਸੀ ਚੇਤਨ ਸਿੰਘ ਜੌੜਾ ਮਾਜਰਾ ਬਾਗਬਾਨੀ ਵਿਭਾਗ ਦੇ ਮੰਤਰੀ ਆਏ ਸੀ ਤਾਂ ਉਹਨਾਂ ਵੱਲੋਂ ਵੀ ਮੰਗ ਕੀਤੀ ਗਈ ਸੀ ਕਿ ਬਾਗਬਾਨਾਂ ਨੂੰ ਜਿਹੜਾ ਕਿੰਨੂ ਦਾ ਭਾਅ ਤਾਂ ਹੀ ਜ਼ਿਆਦਾ ਮਿਲ ਸਕਦਾ ਜੇਕਰ ਆਪਾਂ ਬਾਗਬਾਨਾਂ ਦੀਆਂ ਮੁਸ਼ਕਲਾਂ ਦੇ ਹੱਲ ਕਰੇ ਜਾਣ ਅਤੇ ਉਹਨਾਂ ਨੂੰ ਜਿਹੜੀ ਪ੍ਰੋਸੈਸਿੰਗ ਵੱਲ ਧਿਆਨ ਦਿੱਤਾ ਜਾਵੇ ਜਿਵੇਂ ਕਿ ਜੂਸ ਫੈਕਟਰੀ ਅਬੋਹਰ ਦੇ ਵਿੱਚ ਜੂਸ ਫੈਕਟਰੀ ਹੈ ਜਿਹੜੀ ਅਬੋਹਰ ਦੇ ਵਿੱਚ ਆਲਮਗੜ੍ਹ 2006 ਦੇ ਵਿੱਚ ਬਣੀ ਸੀ 2006 ਦੇ ਵਿੱਚ ਬਣੀ ਸੀ ਅਤੇ 17 ਸਾਲ ਤੋਂ ਜਿਹੜੀ ਉਹ ਨਹੀਂ ਚੱਲ ਰਹੀ ਜੇਕਰ ਉਹਨੂੰ ਵਧੀਆ ਢੰਗ ਨਾਲ ਚਲਾਇਆ ਜਾਵੇ ਤਾਂ ਸ਼ਰਾਬ ਵੀ ਕਹਿੰਦੇ ਕਿੰਨੂ ਤੋਂ ਬਣ ਲੱਗੀ ਹੈ ਉਹ ਸ਼ਰਾਬ ਵੀ ਬਣਾਈ ਜਾ ਸਕਦੀ ਹੈ ਤਾਂ ਅਜਿਹੇ ਪ੍ਰੋਸੈਸਿੰਗ ਪਲਾਂਟ ਜੇ ਲਾਏ ਜਾਂਦੇ ਤਾਂ ਕਿੰਨੂ ਦਾ ਫਿਰ ਹੀ ਜਿਹੜਾ ਭਾਅ ਮਿਲ ਸਕਦਾ ਜੇਕਰ ਕਿਸਾਨਾਂ ਨੂੰ ਪੂਰਾ ਭਾਅ ਮਿਲੂਗਾ ਤਾਂ ਹੀ ਜਿਹੜੀ ਫਸਲੀ ਵਿਭਿੰਨਤਾ ਦਾ ਜਿਹੜਾ ਹੁੱਕ ਹੈ ਉਹ ਮਜ਼ਬੂਤ ਹੋ ਸਕਦਾ ਕਿਉਂਕਿ ਕਿਸਾਨ ਪਹਿਲਾਂ ਹੀ ਝੋਨੇ ਤੋਂ ਨਰਮੇ ਤੋਂ ਬਦਲ ਹੈ ਜਿਹੜਾ ਫਸਲੀ ਵਿਭਿੰਨਤਾ ਦਾ ਸਭ ਤੋਂ ਵੱਧ ਜਿਹੜਾ ਯੋਗਦਾਨ ਹੈ ਉਹ ਮੰਡੀ ਦੇ ਵਿੱਚ ਰੇਟ ਹੈ ਜਿਹੜਾ ਘੱਟ ਮਿਲਣ ਕਾਰਨ ਖੋਰਾ ਕਿਤੇ ਨਾ ਕਿਤੇ ਲੱਗ ਰਿਹਾ ਫਸਲੀ ਵਿਭਿੰਨਤਾ ਨੂੰ ਤਾਂ ਬਾਗ ਹੈ ਜਿਹੜਾ ਮੈਂ ਨਹੀਂ ਪੀਂਦਾ ਅਬੋਹਰ ਕਿੰਨੂ ਮੰਡੀ ਤੋਂ ਲਾਈਵ ਤੁਹਾਨੂੰ ਦਿਖਾ ਰਹੇ ਹਾਂ ਜਿਹੜੇ ਵੀਰ ਜੁੜੇ ਆ ਉਹਨਾਂ ਵੀਰਾਂ ਦਾ ਧੰਨਵਾਦ ਹੈ ਵੀ ਜਿਹੜਾ ਅੱਜ ਦੇ ਰੇਟ ਤੁਹਾਨੂੰ ਦੱਸ ਦਈਏ ਵੀ 6 ਰੁਪਏ ਤੋਂ 13 ਰੁਪਏ ਤੱਕ ਕਿੰਨੂ ਵਿਕਿਆ ਮੰਦੇ ਰਹਿਣ ਦੇ ਕਾਰਨ ਹੈ ਵੀ ਮੌਸਮ ਹੈ ਜਿਹੜਾ ਠੰਡਾ ਬਹੁਤ ਜ਼ਿਆਦਾ ਹੋ ਗਿਆ ਮੀਂਹ ਬੜੇ ਪੈ ਰਹੇ ਆ ਮੁਹਾਲੀ ਦੇ ਵਿੱਚ ਅੱਜ ਜਿਵੇਂ ਗੜੇਮਾਰੀ ਹੋਈ ਹੈ ਜੀਰਕਪੁਰ ਹੋਰ ਥਾਵਾਂ 'ਤੇ ਮੀਂਹ ਪੈਣ ਕਾਰਨ ਬਾਹਰਲੀਆਂ ਮੰਡੀਆਂ ਦੇ ਵਿੱਚ ਵੀ ਹੋਰ ਸੂਬਿਆਂ 'ਚ ਵੀ ਤਾਂ ਅਜਿਹੇ ਵਿੱਚ ਤਾਂ ਇੱਧਰ ਇੱਕ ਵਾਰੀ ਫਿਰ ਥੋੜ੍ਹੀ ਜਿਹੀ ਗੱਲਬਾਤ ਕਰ ਲਈਏ ਜਿਹੜੀ ਹਾਂਜੀ ਬਾਈ ਜੀ ਕੀ ਕਹਿਣਾ ਚਾਹੁੰਦੇ ਜਿਹੜੀ ਢਿੱਲੋਂ ਸਾਹਿਬ ਫਾਰਮਰ ਪਾਲਿਸੀ ਪੰਜਾਬ ਸਰਕਾਰ ਬਣਾਉਣ ਜਾ ਰਹੀ ਹੈ ਉਹਦੇ ਡਾਕਟਰ ਸੁਖਪਾਲ ਜਿਹੜੇ ਫਾਰਮਰ ਕਮਿਸ਼ਨ ਦੇ ਚੇਅਰਮੈਨ ਨੇ ਜਿਨ੍ਹਾਂ ਨੇ ਅਜੇ ਵੀ ਰਜਾਖੜ ਤੋਂ ਬਾਅਦ ਚਾਰਜ ਜਿਹੜਾ ਲਿਆ ਜੋ ਫਾਰਮਰ ਦੀਆਂ ਸਮੱਸਿਆਵਾਂ ਨੇ ਜੋ ਫਾਰਮਰ ਦੀਆਂ ਸਮੱਸਿਆਵਾਂ ਨੇ ਉਹ ਜੋ ਲੋਡ ਚਾਹੇ ਉਹ ਪੋਲੀ ਹਾਊਸ ਨੂੰ ਲੈ ਕੇ ਹੋਵੇ ਚਾਹੇ ਉਹ ਕੋਲਡ ਸਟੋਰੇਜ ਨੂੰ ਲੈ ਕੇ ਹੋਵੇ ਉਹ ਜਿੰਨੀਆਂ ਵੀ ਰਿਕੁਆਇਰਮੈਂਟਸ ਨੇ ਚਾਹੇ ਉਹ ਕਿੰਨੂ ਦੀ MSP ਲੈ ਕੇ ਹੋਵੇ ਜੋ ਪਿਛਲੇ ਦਿਨੇ ਮੀਟਿੰਗ ਹੋਈ ਸੀ ਅੱਜ ਤੋਂ 3-4 ਮਹੀਨੇ ਪਹਿਲਾਂ ਮੈਂ ਲਿਖਤੀ ਰੂਪ 'ਚ ਜੋ ਜਿੰਨੀ ਕੁ ਮੈਨੂੰ ਸਮਝ ਲੱਗੀ ਐਜ਼ ਏ ਫਾਰਮਰ ਮੈਂ ਉਸ ਮੀਟਿੰਗ 'ਚ ਸ਼ਾਮਿਲ ਹੋ ਕੇ ਹੋਰ ਸਾਡੇ ਕਿਸਾਨ ਨੂੰ ਕਿਹਨੂੰ ਕਿਸਾਨਾਂ ਦੀਆਂ ਜਿੰਨੀਆਂ ਵੀ ਮੰਗਾਂ ਸੀਗੀਆਂ ਸਾਰੀਆਂ ਲਿਖਤੀ ਰੂਪ 'ਚ ਡਾਕਟਰ ਸੁਖਪਾਲ ਨੂੰ ਸਬਮਿਟ ਕਰਾ ਕੇ ਆਇਆ ਸੀਗਾ ਬਾਕੀ ਦੇਖਣਾ ਉਹਨਾਂ ਨੇ ਹੈ ਵੀ ਉਹ ਕੀ ਰਿਕੁਆਇਰਡ ਨੇ ਕੀ ਨੇ ਪਰ ਮੈਂ ਜੋ ਚਾਹੇ ਉਹ ਪੁੱਛ ਤੁਹਾਨੂੰ ਬਾਈ ਜੀ ਲੱਗਦਾ ਕਿ ਪ੍ਰੋਸੈਸਿੰਗ ਨੂੰ ਲੈ ਕੇ ਜਿਹੜਾ ਜੇਕਰ ਪ੍ਰੋਸੈਸਿੰਗ ਹੁੰਦੀ ਹੈ ਕਿਹਨੂੰ ਦੀ ਪ੍ਰੋਸੈਸਿੰਗ ਯੂਨਿਟ ਲੱਗਦੇ ਹੈ ਸ਼ਰਾਬ ਦਾ ਜਿਵੇਂ ਜਿੰਨ ਬਣਦੀ ਹੈ ਅਤੇ ਉੱਦਾਂ ਅਗਰ ਤਾਂ ਉਹਦਾ ਜਿਹੜਾ ਰੇਟ ਹੈ ਕਿੰਨੂ ਦਾ ਕਿਸਾਨਾਂ ਨੂੰ ਮਿਲ ਸਕਦਾ ਦੇਖੋ ਜੇ ਗੋਆ ਜਾ ਕੇ ਕਿੰਨੂ ਜਿਹੜਾ ਹੈਗਾ ਅਬੋਹਰ ਤੋਂ ਲਿਜਾ ਕੇ ਗੋਆ ਉੱਥੇ ਉਹ ਜਾ ਕੇ ਉਹਦੀ ਜਿੰਨ ਬਣ ਸਕਦੀ ਹੈ ਕੀ ਉਹ ਪਲਾਂਟ ਕਿਸੇ ਤਰੀਕੇ ਨਾਲ ਅਬੋਹਰ ਇਲਾਕੇ 'ਚ ਵੀ ਲਗਾਇਆ ਜਾ ਸਕਦਾ ਜਿਹੜਾ ਪਿਛਲੇ ਦਿਨੇ ਮੇਰੇ ਕੋਲ ਇੱਕ ਲੋਕ ਆਏ ਸੀਗੇ ਉਹ ਕਿੰਨੂ ਦਾ ਜਿਹੜਾ ਛਿਲਕਾ ਹੁੰਦਾ ਇਹਦੇ ਤੋਂ ਸੈਂਟ ਜਾਣੋ ਆਪਾਂ ਕੈਸ ਪਰਫਿਊਮ ਬਣਨ ਦੀਆਂ ਗੱਲਾਂ ਵੀ ਚੱਲੀਆਂ ਸੀਗੀਆਂ ਪਰ ਤੁਸੀਂ ਪਿਛਲੀਆਂ ਸਰਕਾਰਾਂ ਦੀ ਗੱਲ ਕਰੋ ਮੈਂ ਕਿਸੇ ਦਾ ਨਾਮ ਤਾਂ ਨਹੀਂ ਲੈਣਾ ਜਿਹੜੀ ਅਬੋਹਰ ਦੀ ਕੁਛ ਮਸ਼ੀਨਰੀ ਸੀਗੀ ਫੈਕਟਰੀ ਦੀ ਉਹ ਚੱਕ ਕੇ ਹੁਸ਼ਿਆਰਪੁਰ ਸ਼ਿਫਟ ਕਰਤੀ ਹੁਸ਼ਿਆਰਪੁਰ ਚੱਕ ਕੇ ਸ਼ਿਫਟ ਕਰਤੀ 3 ਕਰੋੜ ਦੇ ਕਹਿੰਦੇ ਕਰੀਬ ਕਿੰਨੂ ਇੱਥੇ ਪੀੜਾ ਕੋੜਾ ਹੋ ਗਿਆ ਜਿਹਨੂੰ ਕਿਸੇ ਨੇ ਅੱਗੇ ਲਿਆ ਨਹੀਂ ਕਿਉਂਕਿ ਪ੍ਰਜ਼ਾਰਵ ਜਿਹੜਾ ਹੈਗਾ ਉਹਦੇ ਨਹੀਂ ਕੀਤਾ ਗਿਆ ਚੰਗੇ ਤਰੀਕੇ ਨਾਲ ਪਰ ਜਿਹੜੀ ਫਾਰਮਰ ਪਾਲਿਸੀ ਆਈ ਹੈ ਵੱਧ ਤੋਂ ਵੱਧ ਜ਼ਿਮੀਦਾਰ ਆਉਣ ਵਾਲੀ ਹੈ ਜ਼ਿਮੀਦਾਰ ਜਿਹੜੇ ਵੀ ਐਜੂਕੇਟ ਫਾਰਮਰ ਨੇ ਜਿਨ੍ਹਾਂ ਨੂੰ ਕਿੰਨੂ ਪ੍ਰਤੀ ਸਮਝ ਹੈ ਉਹ ਡਾਕਟਰ ਸੁਖਪਾਲ ਜਿਹੜੇ ਫਾਰਮਰ ਕਮਿਸ਼ਨ ਦੇ ਚੇਅਰਮੈਨ ਨੇ ਉਹਨਾਂ ਨੂੰ ਲਿਖਤ ਜ਼ਰੂਰ ਦੇਣਾ ਚਾਹੀਦਾ ਵੀ ਸਾਡੀਆਂ ਇਲਾਕੇ ਦੀਆਂ ਇਹ ਸਮੱਸਿਆਵਾਂ ਕਈ ਵਾਰੀ ਅਸੀਂ ਜਿਹੜੇ ਧਰਨੇ ਪ੍ਰਦਰਸ਼ਨ ਜਾਂ ਮੰਗਾਂ ਕਰਦੇ ਉਹ ਮੰਡੀ 'ਚ ਹੀ ਰਹਿ ਜਾਂਦੀਆਂ ਪਰ ਸਾਨੂੰ ਮੇਲ ਰਾਹੀਂ ਉਹਨਾਂ ਦੇ ਵਟਸਐਪ ਨੰਬਰ ਰਾਹੀਂ ਜਾਂ ਕਿਸੇ ਤਰੀਕੇ ਨਾਲ ਪੂਰਨ ਤੌਰ 'ਤੇ ਚਾਰਾਜੋਈ ਕਰਕੇ ਬੈਸਟ ਮੰਡੀ ਕਰਨ ਵਾਸਤੇ ਜੋ ਪੰਜਾਬ ਸਰਕਾਰ ਦੇ ਅਦਾਰੇ ਨੇ ਉਹਨਾਂ ਤੱਕ ਜ਼ਰੂਰ ਇੱਕ ਵਾਰ ਪਹੁੰਚ ਕਰਨੀ ਚਾਹੀਦੀ ਹੈ ਧੰਨਵਾਦ ਤਾਂ ਤੁਹਾਨੂੰ ਦੱਸ ਦਈਏ ਕਿ ਜਿਹੜੀ ਕਿਸਾਨ ਨੀਤੀ ਹੈ ਪੰਜਾਬ ਸਰਕਾਰ ਦੀ ਉਹ ਆਉਣੀ ਹੈ ਉਹਦੇ ਲਈ ਜਿਹੜੇ ਸੁਝਾਅ ਚੱਲ ਰਹੇ ਹੈ ਉਹਦੇ 'ਤੇ ਕੰਮ ਹੈ ਜਿਹੜਾ ਉਹ ਸਰਕਾਰ ਵੱਲੋਂ ਚੱਲ ਰਿਹਾ ਅਤੇ ਉਹਦੇ ਤਹਿਤ ਕਿੰਨੂ ਦੇ ਖੇਤਰ ਵਿੱਚ ਸਰਕਾਰ ਕੀ ਕਰਦੀ ਹੈ ਸਮਾਂ ਹੀ ਦੱਸੇਗਾ ਪਰ ਕਿਤੇ ਨਾ ਕਿਤੇ ਜਿਹੜੀ ਪ੍ਰੋਸੈਸਿੰਗ ਹੈ ਪ੍ਰੋਸੈਸਿੰਗ ਜਿਹੜੀ ਕਰਕੇ ਕਿਸਾਨਾਂ ਦਾ ਭਲਾ ਬਾਗਬਾਨਾਂ ਦਾ ਭਲਾ ਹੋ ਸਕਦਾ ਹੈ ਇਹਦੇ 'ਚ ਕੋਈ ਦੋ ਰਾਏ ਨਹੀਂ ਕਿਉਂਕਿ ਜਿਹੜੀ ਜੂਸ ਫੈਕਟਰੀ ਅਬੋਹਰ ਵਿੱਚ ਪੰਜਾਬ ਐਗਰੋ ਵੱਲੋਂ ਲਾਈ ਗਈ ਸੀ ਆਲਮਗੜ੍ਹ ਦੇ ਵਿੱਚ ਬੱਲੂਆਣਾ ਹਲਕੇ 'ਚ ਪੈਂਦੀ ਹੈ
ਤਾਂ ਉਹ ਇਸੇ ਕਰਕੇ ਲਾਈ ਗਈ ਸੀ ਕਿ ਇਹਨੂੰ ਪ੍ਰੋਸੈਸਿੰਗ ਦੇ ਵਿੱਚ ਕਿਤੇ ਨਾ ਕਿਤੇ ਕਿੰਨੂ ਦੀ ਕਰਕੇ ਕਿਸਾਨਾਂ ਨੂੰ ਲਾਭ ਦਿੱਤਾ ਜਾਵੇ, ਪਰ ਜਿਹੜੀ ਪ੍ਰੋਸੈਸਿੰਗ ਹੈ ਉਹ ਜਿਹੜੀ ਉਹ ਸਫਲ ਨਹੀਂ ਹੋ ਸਕੀ ਅਤੇ ਮੰਡੀ ਹੈ ਜੋ ਜਿਹੜੀ ਫੈਕਟਰੀ ਹੈ ਉਹ ਵੀ ਉਹਨੇ ਸਮੇਂ ਤੋਂ ਚੱਲ ਨਹੀਂ ਰਹੀ, ਤਾਂ ਉਹਦੇ 'ਚ ਜਾਂ ਤਾਂ ਟਮਾਟਰ ਪ੍ਰੋਸੈਸ ਹੁੰਦਾ ਜਾਂ ਉਹ ਠੇਕੇ 'ਤੇ ਜਿਹੜੀ ਡਰੱਗ ਭਗ ਚਲਾਈ ਜਾਂਦੀ ਹੈ, ਤਾਂ ਉਹਦਾ ਜਿਹੜਾ ਬਹੁਤਾ ਲਾਭ ਹੈ ਉਹ ਬਾਗਬਾਨਾਂ ਨੂੰ ਕਿਸਾਨਾਂ ਨੂੰ ਨਹੀਂ ਹੋਇਆ। ਅਬੋਹਰ ਜਿਹੜਾ ਇਲਾਕਾ ਉਹ ਬਾਗਬਾਨੀ ਦੇ ਖੇਤਰ ਵਿੱਚ ਫਸਲੀ ਵਿਭਿੰਨਤਾ ਦੇ ਵਿੱਚ ਸਭ ਤੋਂ ਵੱਡਾ ਯੋਗਦਾਨ ਪਾਉਣ ਵਾਲਾ ਇਲਾਕਾ ਹੈ। ਕਿੰਨੂ ਪੰਜਾਬ ਦਾ ਸਭ ਤੋਂ ਵੱਧ ਇਸ ਜਗ੍ਹਾ 'ਤੇ ਹੈ, ਇਸ ਇਲਾਕੇ ਦੇ ਵਿੱਚ ਹੈ, ਪਰ ਇੱਥੇ ਲੋੜ ਸਿਰਫ ਇਸ ਗੱਲ ਦੀ ਹੈ ਕਿ ਜੇਕਰ ਆਪਾਂ ਜਿਹੜੀ ਸਰਕਾਰ ਹੈ ਉਹ ਪ੍ਰੋਸੈਸਿੰਗ ਯੂਨਿਟ ਲਾਵੇ, ਕਿਸਾਨਾਂ ਦਾ ਮੰਡੀਕਰਨ ਦੇ ਵਿੱਚ ਕਿਤੇ ਨਾ ਕਿਤੇ ਸਪੋਰਟ ਕਰੇ, ਤਾਂ ਉਹਦੇ ਨਾਲ ਜਿਹੜੇ ਭਾਅ ਉਹ ਕਿਸਾਨਾਂ ਨੂੰ ਵੱਧ ਮਿਲ ਸਕਦੇ ਆ। ਇੱਕ ਇਹ ਵੀ ਮੈਂ ਦੱਸਣਾ ਚਾਹੁੰਦਾ ਕਿ ਪਹਿਲਾਂ ਜਿਹੜੇ ਵਿਦੇਸ਼ ਦੇ ਵਿੱਚ ਕਿੰਨੂ ਜਾਂਦਾ ਸੀ, ਹੁਣ ਵਿਦੇਸ਼ ਦੇ ਵਿੱਚ ਕਿੰਨੂ ਹੈ ਜਿਹੜਾ ਇਸ ਕਰਕੇ ਨਹੀਂ ਜਾਂਦਾ ਕਿਉਂਕਿ ਉਹਦਾ ਕਹਿੰਦੇ ਆ ਟੈਕਸ ਜ਼ਿਆਦਾ ਲੱਗਦਾ। ਜੇਕਰ ਉਹ ਜਿਹੜਾ ਟੈਕਸ ਹੈ ਉਹ ਘਟਾ ਦਿੱਤਾ ਜਾਵੇ ਤਾਂ ਕਿਤੇ ਨਾ ਕਿਤੇ ਜਦੋਂ ਬਾਹਰਲੇ ਮੁਲਕਾਂ ਦੇ ਵਿੱਚ ਕਿੰਨੂ ਜਾਊਗਾ, ਜਿਵੇਂ ਪਹਿਲਾਂ ਬੰਗਲਾਦੇਸ਼ ਜਾਂ ਸਿੰਗਾਪੁਰ ਇੱਧਰ ਜਾਂਦਾ ਸੀ, ਤਾਂ ਉਹਦੇ ਨਾਲ ਵੀ ਕਿਤੇ ਨਾ ਕਿਤੇ ਭਾਅ ਦੇ ਵਿੱਚ ਫਰਕ ਪੈ ਸਕਦਾ। ਪਰ ਲੋੜ ਸਾਡੀ ਇਹੀ ਹੈ ਕਿ ਕਿਸਾਨਾਂ ਨੂੰ ਵੱਧ ਤੋਂ ਵੱਧ ਕਿੰਨੂ ਦਾ ਭਾਅ ਮਿਲੇ, ਅਤੇ ਕਿਸਾਨਾਂ ਨੂੰ ਤਾਂ ਹੀ ਭਾਅ ਮਿਲ ਸਕਦਾ ਜੇਕਰ ਸਰਕਾਰ ਹੈ ਜਿਹੜੀ ਉਹ ਕਿਤੇ ਨਾ ਕਿਤੇ ਯਤਨ ਇਮਾਨਦਾਰੀ ਨਾਲ ਯਤਨ ਕਰੂਗੀ। ਤਾਂ ਜਿਹੜੀਆਂ ਸਰਕਾਰ ਤੋਂ ਉਮੀਦਾਂ ਹੈਗੀਆਂ, ਜਿਹੜੀ ਖੇਤੀਬਾੜੀ ਨੀਤੀ ਆਉਣੀ ਹੈ ਉਹਦੇ ਨਾਲ ਕਿਤੇ ਨਾ ਕਿਤੇ ਜਿਹੜਾ ਜੁੜਿਆ ਹੋਇਆ ਹੈ ਵੀ ਉਹ ਕਿਸਾਨਾਂ ਦਾ ਭਲਾ ਜ਼ਰੂਰ ਕਰ ਸਕਦੀ ਹੈ ਜੇਕਰ ਖੇਤੀ ਨੀਤੀ ਦੇ ਵਿੱਚ ਅਜਿਹੇ ਫੈਸਲੇ ਆਉਂਦੇ ਆ। ਤਾਂ ਦੋਸਤੋ, ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਤੱਕ ਜਾਣਕਾਰੀ ਪਹੁੰਚੇ। ਰੇਟ ਤੁਹਾਨੂੰ ਇੱਕ ਵਾਰੀ ਫਿਰ ਦੱਸਦਾ, 6 ਰੁਪਏ ਤੋਂ 13 ਰੁਪਏ ਤੱਕ ਅਬੋਹਰ ਮੰਡੀ ਦੇ ਵਿੱਚ ਕਿੰਨੂ ਵਿਕਿਆ ਅੱਜ, ਕਿੰਨੂ ਮੰਦਾ ਰਿਹਾ ਅੱਜ, ਭਾਅ ਮੰਦੇ ਰਹੇ ਹੈ, ਹਰਾ ਕਿੰਨੂ ਹੈ ਜਿਹੜਾ ਉਹ 6 ਰੁਪਏ ਤੱਕ, 7 ਰੁਪਏ ਇਸ ਭਾਈ ਵਿਕਿਆ ਲਗਭਗ, ਵਧੀਆ ਜਿਹੜਾ ਕਿੰਨੂ ਹੈ ਉਹ 13 ਰੁਪਏ ਤੱਕ ਵਿਕਿਆ। ਮੰਦਾ ਰਹਿਣ ਦਾ ਕਾਰਨ ਮੀਂਹ ਆ ਜਿਹੜੇ ਉਹ ਮੰਡੀਆਂ ਦੇ ਵਿੱਚ, ਪੰਜਾਬ ਤੋਂ ਬਾਹਰ ਜਾਂ ਪੰਜਾਬ ਦੇ ਮੰਡੀਆਂ ਦੇ ਵਿੱਚ ਜਿਹੜਾ ਰੇਟ ਘੱਟ ਹੈ, ਤਾਂ ਇਸੇ ਕਰਕੇ ਇੱਥੇ ਅੱਜ ਰੇਟ ਹੈ ਕਿਸਾਨਾਂ ਨੂੰ ਉਹਨਾਂ ਨਹੀਂ ਮਿਲਿਆ ਜਿਹੜੇ ਵੀਰ ਲੈ ਕੇ ਆਏ ਆ। ਤਾਂ ਅਬੋਹਰ ਕਿੰਨੂ ਮੰਡੀ ਤੋਂ ਲਾਈਵ ਤੁਹਾਨੂੰ ਦਿਖਾ ਰਹੇ ਹਾਂ, ਕਿੰਨੂ ਹੈ ਜਿਹੜਾ ਕਿੰਨਾ ਮੰਡੀ ਦੇ ਵਿੱਚ ਆ ਰਿਹਾ, ਤੁਸੀਂ ਵੇਖ ਸਕਦੇ ਹੋ ਅੱਜ ਕਿੰਨੂ ਦੀ ਅਰਾਈਵਲ ਵੀ ਕੱਲ੍ਹ ਨਾਲੋਂ ਜਿਹੜੀ ਉਹ ਕਿਤੇ ਨਾ ਕਿਤੇ ਘੱਟ ਵੇਖਣ ਨੂੰ ਮਿਲੀ ਹੈ। ਤਾਂ ਦੋਸਤੋ, ਜਿਹੜੇ ਜਿਹੜੇ ਵੀਰ ਜੁੜਦੇ ਆ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਉ ਤਾਂ ਜੋ ਵੱਧ ਤੋਂ ਵੱਧ ਲੋਕਾਂ ਤੱਕ ਜਿਹੜੀ ਜਾਣਕਾਰੀ ਹੈ ਉਹ ਪਹੁੰਚ ਸਕੇ। ਅਤੇ ਲੋਕਾਂ ਤੱਕ ਜਾਣਕਾਰੀ ਦਾ ਮਾਧਿਅਮ ਇੱਕ ਹੀ ਹੈ, ਉਹ ਹੈ ਸੋਸ਼ਲ ਮੀਡੀਆ। ਸੋਸ਼ਲ ਮੀਡੀਆ ਅਜੋਕੇ ਸਮੇਂ ਦੇ ਵਿੱਚ ਲੋਕਾਂ ਤੱਕ ਪਹੁੰਚ ਹੈ ਜਿਹੜੀ ਉਹ ਬਣਾਉਣ ਦੇ ਵਿੱਚ ਬੜਾ ਸੌਖਾ ਕਰ ਦਿੱਤਾ ਸੋਸ਼ਲ ਮੀਡੀਆ ਨੇ। ਪਰ ਲੋੜ ਇਹਦੇ 'ਚ ਸਿਰਫ ਇੱਕ ਇਹ ਵੀ ਹੈ ਕਿ ਜਿਹੜਾ ਚੰਗੀ ਜਾਣਕਾਰੀ ਹੈ ਲੋਕਾਂ ਤੱਕ ਉਹ ਪਹੁੰਚੇ, ਅਤੇ ਸਟੀਕ ਜਾਣਕਾਰੀ ਹੈ, ਜਦੋਂ ਸਹੀ ਜਾਣਕਾਰੀ ਲੋਕਾਂ ਤੱਕ ਪਹੁੰਚੂਗੀ ਤਾਂ ਸੋਸ਼ਲ ਮੀਡੀਆ ਦਾ ਫਾਇਦਾ ਫੇਰ ਹੀ ਹੁੰਦਾ। ਤਾਂ ਇਸੇ ਕਰਕੇ ਅਸੀਂ ਕੋਸ਼ਿਸ਼ ਕਰਦੇ ਹਾਂ ਹਰ ਰੋਜ਼ ਜਿਹੜਾ ਭਾਅ ਹੈ ਉਹ ਕਿੰਨੂ ਮੰਡੀ ਤੋਂ ਲਾਈਵ ਤੁਹਾਨੂੰ ਦਿਖਾਉਣੇ ਆ, ਤਾਂ ਜੋ ਲੋਕਾਂ ਨੂੰ, ਕਿਸਾਨ ਵੀਰਾਂ ਨੂੰ ਘਰ ਬੈਠੇ ਪਤਾ ਲੱਗ ਜਾਏ ਕਿ ਅਬੋਹਰ ਮੰਡੀ ਦੇ ਵਿੱਚ ਕਿੰਨੂ ਹੈ ਜਿਹੜਾ ਉਹ ਕੀ ਭਾਅ ਵਿਕਿਆ। ਤਾਂ ਇਸੇ ਕਰਕੇ ਆਪਾਂ ਜਿਹੜਾ ਰੇਟ ਹੈ ਉਹ ਵੀਡੀਓ ਬਣਾਉਂਦੇ ਹਾਂ ਵੀ ਰੇਟਾਂ ਦਾ ਪਤਾ ਲੱਗਦਾ ਰਹਿੰਦਾ, ਅਤੇ ਕਿਸਾਨ ਆਪਦੇ ਖੇਤ ਦੇ ਵਿੱਚ ਸੌਦਾ ਕਰਨ ਵੇਲੇ ਉਹ ਗੱਲ ਨੂੰ ਧਿਆਨ 'ਚ ਰੱਖ ਸਕਦਾ ਕਿ ਸੌਦਾ ਜਿਹੜਾ ਉਹ ਮੰਡੀ ਦੇ ਵਿੱਚ ਕਿੰਨੂ ਕੀ ਰੇਟ ਚੱਲ ਰਿਹਾ, ਇੱਥੇ ਉਹਨੂੰ ਕੀ ਰੇਟ 'ਚ ਪੜਤਾ ਹੈਗਾ। ਤਾਂ ਲਾਈਵ ਤੁਸੀਂ ਵੇਖ ਰਹੇ ਹੋ ਅਬੋਹਰ ਕਿੰਨੂ ਮੰਡੀ ਤੋਂ ਵੀਰੋ, ਜਿਹੜੇ ਜਿਹੜੇ ਵੀਰ ਜੁੜਦੇ ਆ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਜਾਇਓ। ਇੱਧਰ ਪੈਕਿੰਗ ਕੀਤੀ ਜਾ ਰਹੀ ਹੈ ਬਾਹਰਲੀਆਂ ਮੰਡੀਆਂ ਦੇ ਵਿੱਚ, ਕਿੰਨੂ ਭੇਜਣ ਦੀ ਜਿਹੜੀ ਤਿਆਰੀ ਆ ਉਹ ਕੀਤੀ ਜਾ ਰਹੀ ਹੈ। ਹਰਾ ਕਿੰਨੂ, ਰੰਗੀਨ ਕਿੰਨੂ, ਗਦਰਾ ਕਿੰਨੂ, ਸਾਰੇ ਤਰ੍ਹਾਂ ਦਾ ਜਿਹੜਾ ਕਿੰਨੂ ਹੈ ਉਹ ਮੰਡੀ ਦੇ ਵਿੱਚ ਭੇਜਿਆ ਜਾ ਰਿਹਾ। ਵੀਡੀਓ ਨੂੰ ਦੋਸਤੋ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਉ ਤਾਂ ਜੋ ਜ਼ਿਆਦਾ ਤੋਂ ਜ਼ਿਆਦਾ ਕਿਸਾਨਾਂ ਤੱਕ ਜਿਹੜੀ ਜਾਣਕਾਰੀ ਹੈ ਉਹ ਪਹੁੰਚ ਸਕੇ। ਲਾਈਵ ਤੁਸੀਂ ਜੁੜੇ ਹੋਏ ਹੋ ਅਬੋਹਰ ਕਿੰਨੂ ਮੰਡੀ ਤੋਂ, ਅਸੀਂ ਤੁਹਾਨੂੰ ਦਿਖਾ ਰਹੇ ਹਾਂ ਮਾਲ ਮੰਡੀ ਦੇ ਵਿੱਚ ਅੱਜ ਅਰਾਈਵਲ ਹੈ ਜਿਹੜੀ ਉਹ ਕੱਲ੍ਹ ਨਾਲੋਂ ਕਿਤੇ ਨਾ ਕਿਤੇ ਘੱਟ ਹੈ, ਜ਼ਿਆਦਾ ਜਿਹੜੀ ਅਰਾਈਵਲ ਹੈ ਉਹ ਨਹੀਂ ਹੋ ਰਹੀ। ਤਾਂ ਗੁਰਮੁਖ ਸਿੰਘ ਕਹਿ ਰਹੇ ਆ ਵੀ ਕਿੰਨੂ ਹੈ ਜਿਹੜਾ ਮੰਡੀ 'ਚ ਰੁਲੂਗਾ। ਵੀਰੋ, ਅਸੀਂ ਇਹ ਜਿਹੜੀ ਕਦੇ ਵੀ ਨਹੀਂ ਚਾਹਵਾਂਗੇ ਕਿ ਮੰਡੀ 'ਚ ਸਾਡੇ ਕਿਸਾਨ ਵੀਰਾਂ ਦਾ ਕਿੰਨੂ ਰੁਲੇ, ਕਿਉਂਕਿ ਕਿਸਾਨ ਖੁਸ਼ਹਾਲ ਹੈ, ਕਿਸਾਨੀ ਖੁਸ਼ਹਾਲ ਹੈ, ਤਾਂ ਹੀ ਹਰ ਬੰਦਾ ਖੁਸ਼ਹਾਲ ਹੈ, ਪੰਜਾਬ ਖੁਸ਼ਹਾਲ ਹੈ, ਸਾਡਾ ਦੇਸ਼ ਖੁਸ਼ਹਾਲ ਹੈ। ਅਤੇ ਜੇਕਰ ਕਿਸਾਨਾਂ ਦੀਆਂ ਫਸਲਾਂ ਰੁਲਣਗੀਆਂ ਤਾਂ ਇਹ ਗੱਲ ਕਹਿਣ 'ਚ ਵੀ ਕੋਈ ਹਰਜ ਨਹੀਂ ਕਿ ਲੋਕ ਹੈ ਜਿਹੜੇ ਉਹ ਰੁਲਣਗੇ, ਕਿਉਂਕਿ ਕਿਸਾਨੀ ਦੇ ਨਾਲ ਕਿਤੇ ਨਾ ਕਿਤੇ ਵਪਾਰ ਹੈ ਉਹ ਜੁੜਿਆ ਹੋਇਆ ਵੀਰੋ, ਅਤੇ ਉਹ ਹਰ ਇੱਕ ਬੰਦੇ ਦਾ ਜੀਵਨ ਹੈ ਜਿਹੜਾ ਕਿਤੇ ਨਾ ਕਿਤੇ ਕਿਸਾਨੀ ਨਾਲ ਜੁੜਿਆ ਹੋਇਆ। ਜੇਕਰ ਕਿਸਾਨਾਂ ਨੂੰ ਜਿਹੜਾ ਰੇਟ ਹੈ ਉਹ ਘੱਟ ਮਿਲੇਗਾ ਤਾਂ ਕਿਸਾਨ ਖੁਸ਼ਹਾਲ ਨਹੀਂ ਹੋਵੇਗਾ, ਕਿਸਾਨ ਤੰਗੀ 'ਚ ਹੋਵੇਗਾ, ਤਾਂ ਜਿਹੜਾ ਉਹਦਾ ਫਾਇਦਾ ਨਾ ਦੁਕਾਨਦਾਰ ਨੂੰ ਨਾ ਵਪਾਰੀ ਨੂੰ ਕਿਸੇ ਨੂੰ ਨਹੀਂ ਹੋਵੇਗਾ। ਕਿਸਾਨਾਂ ਦਾ ਖੁਸ਼ਹਾਲ ਹੋਣਾ, ਕਿਸਾਨੀ ਦਾ ਖੁਸ਼ਹਾਲ ਹੋਣਾ ਬਹੁਤ ਜ਼ਰੂਰੀ ਹੈ, ਅਤੇ ਉਹ ਤਾਂ ਹੀ ਹੋ ਸਕਦਾ ਜੇਕਰ ਕਿਸਾਨਾਂ ਨੂੰ ਜਿਹੜੇ ਬੀਜ ਹੈ ਸਪਰੇਹਾਂ ਚੰਗੀਆਂ ਮਿਲਣਗੀਆਂ,
ਤਾਂ ਸਰਕਾਰਾਂ ਦੀਆਂ ਨੀਤੀਆਂ ਚੰਗੀਆਂ ਹੋਣਗੀਆਂ, ਮੰਡੀਕਰਨ ਚੰਗਾ ਹੋਵੇਗਾ, ਫਸਲਾਂ ਦੇ ਭਾਅ ਚੰਗੇ ਮਿਲਣਗੇ, ਤਾਂ ਹੀ ਜਿਹੜੀਆਂ ਕਿਸਾਨਾਂ ਦੀਆਂ ਮੁਸ਼ਕਲਾਂ ਦੂਰ ਹੋਣਗੀਆਂ, ਕਿਸਾਨ ਖੁਸ਼ਹਾਲ ਹੋਣਗੇ ਵੀਰੋ। ਤਾਂ ਇਹੀ ਗੱਲਾਂ ਜਿਹੜੀਆਂ ਹਰ ਰੋਜ਼ ਤੁਹਾਡੇ ਨਾਲ ਕਰਦੇ ਹਾਂ। ਇੱਕ ਮੈਂ ਬੇਨਤੀ ਫਿਰ ਇਹ ਕਰਨੀ ਚਾਹੁੰਦਾ ਕਿ ਕਿੰਨੂ ਹੈ ਜਿਹੜਾ ਵੀਰੋ ਉਹ ਜ਼ਰੂਰ ਖਾਇਆ ਕਰੋ। ਜਿਹੜੇ ਵੀ ਵੀਰਾਂ ਤੱਕ ਇਹ ਵੀਡੀਓ ਪਹੁੰਚਦੀ ਹੈ ਉਹਨਾਂ ਨੂੰ ਬੇਨਤੀ ਹੈ ਕਿ ਵੀਡੀਓ ਦੇ ਵਿੱਚ, ਇਸੇ ਕਰਕੇ ਤੁਹਾਨੂੰ ਬੇਨਤੀ ਕਰਦੇ ਹਾਂ, ਕਿੰਨੂ ਜਿਹੜਾ ਸਾਡੇ ਇਲਾਕੇ ਦੀ ਮੁੱਖ ਫਸਲ ਹੈ, ਕਿੰਨੂ ਸਾਡੇ ਇਲਾਕੇ ਦਾ ਬ੍ਰਾਂਡ ਹੈ, ਅਤੇ ਸਾਡਾ ਬ੍ਰਾਂਡ ਤਾਂ ਹੀ ਬਰਕਰਾਰ ਰਹਿ ਸਕਦਾ ਜੇਕਰ ਅਸੀਂ ਕਿੰਨੂ ਨੂੰ ਆਪ ਖਾਵਾਂਗੇ, ਰਿਸ਼ਤੇਦਾਰ ਸੱਜਣਾ ਮਿੱਤਰਾਂ ਨੂੰ ਕਹਾਂਗੇ ਵੀ ਕਿੰਨੂ ਖਾਓ। ਕਿੰਨੂ ਹੈ ਜਿਹੜਾ ਉਹ ਬਿਮਾਰੀਆਂ ਤੋਂ ਬਚਾਉਣ ਵਿੱਚ ਵੀ, ਸਾਡੀ ਇਮਿਊਨਿਟੀ ਨੂੰ ਵਧਾਉਣ ਵਿੱਚ ਵੀ ਜਿਹੜਾ ਮਦਦ ਕਰਦਾ। ਕਿੰਨੂ ਸਿਟਰਸ ਫਰੂਟ ਹੈ ਜਿਹੜਾ ਬੜੀਆਂ ਜਿਹੜੀਆਂ ਕੋਲੈਸਟ੍ਰੋਲ ਹੋ ਗਿਆ, ਬੀ ਪੀ ਇੱਦਾਂ ਦੀਆਂ ਜਿਹੜੀਆਂ ਤਕਲੀਫਾਂ ਹੈ ਉਹਨੂੰ ਵੀ ਦੂਰ ਕਰਨ ਵਿੱਚ ਸਹਾਈ ਹੁੰਦਾ ਹੈ। ਵੀਡੀਓ ਵੀ ਆਪਾਂ ਪਾਈ ਸੀ, ਇੱਕ ਕਿਸਾਨ ਦਾ ਤਜਰਬਾ ਵੀ ਸੀਗਾ, ਉਹਨੇ ਦੱਸਿਆ ਸੀ ਕਿ ਉਹਨੇ ਜਿਹੜੇ ਸਿਟਰਸ ਫਰੂਟ ਦੇ ਨਾਲ ਕਿੰਨੂ ਦੇ ਨਾਲ ਆਪਦੇ ਜਿਹੜੇ ਕਾਫੀ ਟੈਸਟ ਹੈ ਜਿਹੜੇ ਨੋਰਮਲ ਨਹੀਂ ਸੀਗੇ ਉਹ ਨੋਰਮਲ ਹੋ ਗਏ ਸੀ। ਤਾਂ ਇਸੇ ਕਰਕੇ ਬੇਨਤੀ ਕਰਦੇ ਹਾਂ ਕਿ ਕਿੰਨੂ ਜ਼ਰੂਰ ਖਾਇਆ ਕਰੋ। ਜਿਹੜੇ ਵੀਰ ਜੁੜੇ ਉਹਨਾਂ ਨੂੰ ਬੇਨਤੀ ਹੈ, ਜਦੋਂ ਤੁਸੀਂ ਕਿਸੇ ਨੂੰ ਗਿਫਟ ਦੇਣਾ ਹੈ ਆਪਣੇ ਇਲਾਕੇ ਦੇ ਜਿਹੜੇ ਵੀਰ ਹੈ ਕਿੰਨੂ ਦਿਆ ਕਰੋ, ਕਿਸੇ ਨੂੰ ਵੀ ਰਿਸ਼ਤੇਦਾਰੀ ਜਾ ਕੇ, ਤਾਂ ਜੋ ਉਹਨਾਂ ਨੂੰ ਪਤਾ ਲੱਗ ਸਕੇ ਕਿ ਇਹਨਾਂ ਦੇ ਇਲਾਕੇ ਦੇ ਵਿੱਚ ਕਿੰਨੂ ਹੁੰਦਾ। ਅਤੇ ਜੇਕਰ ਕਿੰਨੂ ਆਪਣਾ ਬ੍ਰਾਂਡ ਬਣੂਗਾ ਤਾਂ ਆਪਣੇ ਇਲਾਕੇ ਦੀ ਸ਼ਾਨ ਹੈ ਜਿਹੜੀ ਉਹ ਵੀ ਵੱਧ ਸਕਦੀ ਹੈ। ਹੋਰ ਇਲਾਕੇ ਦਾ ਕਿੰਨੂ, ਫਾਜ਼ਿਲਕਾ ਜ਼ਿਲ੍ਹੇ ਦਾ ਕਿੰਨੂ ਹੈ, ਜਿਹੜਾ ਪੰਜਾਬ ਦਾ ਕਿੰਨੂ ਹੈ, ਜਦੋਂ ਬਾਹਰਲੀਆਂ ਸਟੇਟਾਂ ਦੇ ਵਿੱਚ ਜਾਂਦਾ ਹੈ ਤਾਂ ਸਾਡਾ ਜਿਹੜਾ ਨਾਮ ਹੈ ਉਹ ਆਪਣੇ ਆਪ ਹੀ ਜਿਹੜਾ ਚਮਕਦਾ। ਤਾਂ ਸਿਟਰਸ ਦੇ ਵਿੱਚ ਕਿੰਨੂ ਹੈ ਜਿਹੜਾ ਸਿਟਰਸ ਫਰੂਟ ਦੇ ਵਿੱਚ ਉਹ ਸਭ ਤੋਂ ਜ਼ਿਆਦਾ ਜਿਹੜਾ ਪਸੰਦ ਵੀ ਆਉਂਦਾ, ਖਾਣ 'ਚ ਟੇਸਟ ਵੀ ਵਧੀਆ, ਤਾਂ ਕਿੰਨੂ ਜ਼ਰੂਰ ਖਾਇਆ ਕਰੋ ਵੀਰੋ, ਤਾਂ ਜੋ ਤੰਦਰੁਸਤ ਰਹੋ ਤੁਸੀਂ ਸਾਰੇ। ਅਸੀਂ ਤਾਂ ਇਹੀ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ, ਸਰਬੱਤ ਦਾ ਭਲਾ ਮੰਗਦੇ ਹਾਂ, ਕਿਸਾਨੀ ਸਾਡੀ ਖੁਸ਼ਹਾਲ ਹੋਵੇ, ਇਹੀ ਅਸੀਂ ਦੁਆ ਜਿਹੜੀ ਪਰਮਾਤਮਾ ਅੱਗੇ ਕਰਦੇ ਹਾਂ। ਕਿਸਾਨਾਂ ਨੂੰ ਵੱਧ ਤੋਂ ਵੱਧ ਫਸਲਾਂ ਦੇ ਭਾਅ ਮਿਲਣ ਤਾਂ ਜੋ ਕਿਸਾਨ ਸਾਡਾ ਖੁਸ਼ਹਾਲ ਹੋ ਸਕੇ। ਅਬੋਹਰ ਮੰਡੀ ਦੇ ਅੱਜ ਦੇ ਭਾਅ ਫਿਰ ਇੱਕ ਵਾਰੀ ਦੱਸਦਾ, 6 ਰੁਪਏ ਤੋਂ 13 ਰੁਪਏ ਤੱਕ ਕਿੰਨੂ ਹੈ ਜਿਹੜਾ ਮੰਡੀ ਦੇ ਵਿੱਚ ਵਿਕਿਆ, ਅਤੇ ਅੱਜ ਮੰਡੀ ਹੈ ਜਿਹੜੀ ਉਹ ਮੰਦੀ ਰਹੀ ਹੈ, ਰੇਟ ਘੱਟ ਰਹੇ ਹੈ, ਇਸ ਕਰਕੇ ਜਿਹੜਾ ਕਿਸਾਨਾਂ ਨੂੰ ਬਹੁਤਾ ਫਾਇਦਾ ਅੱਜ ਦੀ ਮੰਡੀ ਦੇ ਭਾਅ ਨਾਲ ਨਹੀਂ ਹੋਣਾ। ਤਾਂ ਲਾਈਵ ਤੁਸੀਂ ਜੁੜੇ ਹੋਏ ਹੋ ਅਬੋਹਰ ਕਿੰਨੂ ਮੰਡੀ ਤੋਂ, ਤੁਹਾਨੂੰ ਵਿਖਾ ਰਹੇ ਹਾਂ। ਜਿਹੜੇ ਜਿਹੜੇ ਵੀਰ ਜੁੜ ਰਹੇ ਆ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਜ਼ਿਆਦਾ ਤੋਂ ਜ਼ਿਆਦਾ ਕਿਸਾਨਾਂ ਤੱਕ ਆਪਣੀ ਜਾਣਕਾਰੀ ਹੈ ਜਿਹੜੀ ਵੀਰੋ ਉਹ ਪਹੁੰਚ ਸਕੇ। ਤਾਂ ਲਾਈਵ ਤੁਹਾਨੂੰ ਦਿਖਾ ਰਹੇ ਹਾਂ ਅਬੋਹਰ ਕਿੰਨੂ ਮੰਡੀ ਤੋਂ, ਅਬੋਹਰ ਕਿੰਨੂ ਮੰਡੀ ਤੋਂ ਤੁਸੀਂ ਲਾਈਵ ਦੇਖ ਰਹੇ ਹੋ ਕਿ ਮੰਡੀ ਦੇ ਵਿੱਚ ਜਿਹੜਾ ਮਾਲ ਹੈ ਉਹ ਲਗਾਤਾਰ ਮੰਡੀ 'ਚ ਆਮਦ ਹੋ ਰਹੀ ਹੈ। ਅਬੋਹਰ ਕਿੰਨੂ ਮੰਡੀ ਤੋਂ ਲਾਈਵ ਤੁਹਾਨੂੰ ਦਿਖਾ ਰਹੇ ਹਾਂ ਕਿੰਨੂ ਹੈ ਜਿਹੜਾ ਅੱਜ, ਕੱਲ੍ਹ ਨਾਲੋਂ ਕਾਫੀ ਘੱਟ ਹੈ ਜਿਹੜਾ ਕਿੰਨੂ ਆਇਆ, ਅੱਗੇ ਜਿਹੜਾ ਰੂਟੀਨ 'ਚ ਜਿੰਨਾ ਕਿੰਨੂ ਆਉਂਦਾ ਉਹਦੇ ਨਾਲੋਂ ਕਾਫੀ ਘੱਟ ਹੈ ਜਿਹੜਾ ਕਿੰਨੂ ਉਹ ਆਇਆ ਹੋਇਆ। ਤਾਂ ਵੀਡੀਓ ਨੂੰ ਦੋਸਤੋ ਵੱਧ ਤੋਂ ਵੱਧ ਸ਼ੇਅਰ ਕਰ ਦਿਓ, ਤੁਹਾਡੇ ਸਾਰੇ ਵੀਰਾਂ ਦਾ ਧੰਨਵਾਦ ਜਿਹੜੇ ਵੀ ਜੁੜੇ ਆ ਪਿਆਰ ਕਰਦੇ ਆ। ਕਮੈਂਟ ਜ਼ਰੂਰ ਕਰੋ, ਜਿਨ੍ਹਾਂ ਨੇ ਚੈਨਲ ਫੋਲੋ ਨਹੀਂ ਕੀਤਾ ਚੈਨਲ ਨੂੰ ਫੋਲੋ ਕਰ ਲਓ, ਫੇਸਬੁੱਕ 'ਤੇ ਯੂਟਿਊਬ 'ਤੇ ਸਬਸਕ੍ਰਾਈਬ ਕਰ ਲਓ। ਖੇਤੀ ਦੇ ਨਾਲ ਜਿਹੜੀਆਂ ਭਾਅ ਦੇ ਨਾਲ ਤੁਹਾਨੂੰ ਖਬਰਾਂ ਜਿਹੜੀਆਂ ਅਪਡੇਟ ਹੈ ਉਹ ਵੀ ਨਾਲ ਨਾਲ ਮਿਲਦੀਆਂ, ਉਹ ਵੀ ਤੁਸੀਂ ਚੈਨਲ 'ਤੇ ਆਪਣੇ 'ਤੇ ਵੇਖ ਸਕਦੇ ਹੋ ਦਾ ਪੋਸਟ ਮੇਲ 'ਤੇ। ਤੁਹਾਡੇ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਦੋਸਤੋ।